कई बारी हुंदा है कि बुखार है जिहड़ा ओह 102 डिग्री तो भी उपर चला जावे टैंपरेचर, तां फिर बंदे नूं टेंशन होनी शुरू हो जांदी है, फटाफट डॉक्टर दे कोल भजदे ने। खास कर जो छोटे बच्चे नूं बुखार हुंदा है ते घर दे विच ओह 102 डिग्री नूं आपां किवें बर्दाश्त कर सकदे हां। बहुत सारे आयुर्वेद और नेचुरोपैथी के स्पेशलिस्ट ने मिलकर डाइट बनाई थी जिन्हों 3-स्टेप फ्लू डाइट किया जाता है, और इस डाइट नाल 60,000 तो उत्ते पेशेंट्स जेड़े ने वो ठीक हुए ने फ्लू तो। ਇਹਦੇ ਪਿੱਛੇ ਕੀ ਸਾਇੰਸ ਹੈ ਕਿ ਅਸੀਂ ਕਈ ਵਾਰੀ ਹੁੰਦਾ ਕਿ ਬਹੁਤ ਜ਼ਿਆਦਾ ਕਾਹਲੀ ਦੇ ਵਿੱਚ ਆਮ ਤੌਰ ਤੇ ਵੀ ਆਪਾਂ ਪਾਣੀ ਪੀਣਾ ਹੁੰਦਾ ਤਾਂ ਫਟਾਫਟ ਗੱਟ ਗੱਟ ਕਰਕੇ ਪਾਣੀ ਪੀ ਜਾਂਦੇ ਹਾਂ, ਲੱਸੀ ਪੀਣੀ ਹੈ, ਦੁੱਧ ਪੀਣਾ ਹੈ, ਮਤਲਬ ਸਿਪ ਸਿਪ ਕਰਕੇ ਪੀਣ ਦੇ ਪਿੱਛੇ ਕੀ ਸਾਇੰਸ ਹੈ ਕਿ ਹਰੇਕ ਚੀਜ਼ ਇਸ ਤਰ੍ਹਾਂ ਪੀਣੀ ਚਾਹੀਦੀ ਹੈ? ਤੁਸੀਂ ਦੇਖੋ ਜਿਸ ਵੇਲੇ ਸਾਨੂੰ ਬੁਖਾਰ ਆਉਂਦਾ ਹੈ ਸਾਡੇ ਸਰੀਰ ਦਾ ਟੈਂਪਰੇਚਰ ਵੱਧਦਾ ਹੈ ਤੇ ਸਾਡੇ ਸਰੀਰ ਦੇ ਵਿੱਚੋਂ ਪਸੀਨਾ ਨਿਕਲਦਾ ਹੈ, ਤੋ ਇੱਕ ਸਾਡਾ ਜਿਹੜਾ ਸਵੈਟ ਚੈਨਲ ਸੀਗਾ ਪਸੀਨਾ ਬਾਹਰ ਕੱਢਣ ਵਾਲਾ ਚੈਨਲ ਉਹ ਐਕਟੀਵੇਟ ਹੋ ਜਾਂਦਾ ਹੈ, ਸੋ ਉਸ ਦੇ ਰਾਹੀਂ ਗੰਦਗੀ ਬਾਹਰ ਨਿਕਲਦੀ ਹੈ। ਪ੍ਰਾਣ ਸ਼ਕਤੀ ਦੇ ਦੋ ਫੰਕਸ਼ਨ ਮੇਨ ਹੁੰਦੇ ਨੇ, ਪਹਿਲਾ ਹੁੰਦਾ ਹੈ ਭੋਜਨ ਨੂੰ ਹਜ਼ਮ ਕਰਨਾ, ਦੂਜਾ ਹੁੰਦਾ ਹੈ ਅੰਦਰ ਸਫਾਈ ਕਰਨਾ। ਸੋ ਜੇ ਇਹ ਪ੍ਰਾਣ ਸ਼ਕਤੀ ਹਜ਼ਮ ਕਰਨ ਵਿੱਚ ਲੱਗ ਜਾਵੇ ਭੋਜਨ ਨੂੰ ਤੇ ਸਫਾਈ ਨਹੀਂ ਕਰ ਪਾਉਂਦੀ ਪ੍ਰੋਪਰਲੀ, ਸੋ ਜੇ ਆਪਾਂ 3 ਦਿਨ ਵਾਸਤੇ ਇਹਨੂੰ ਹਜ਼ਮ ਕਰਨ ਤੋਂ ਹਟਾ ਕੇ ਸਫਾਈ ਵਿੱਚ ਹੀ ਲਾ ਦੇਣ ਤੇ ਜਲਦੀ ਤੋਂ ਜਲਦੀ ਬੁਖਾਰ ਖਾਂਸੀ ਜ਼ੁਕਾਮ ਠੀਕ ਹੋ ਜਾਂਦਾ ਹੈ। ਜਿਹੜੇ ਲੋਕੀ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਸ ਦਿਨ ਬੁਖਾਰ ਦਾ ਪਹਿਲਾ ਲੱਛਣ ਆਵੇ, ਬਾਡੀ ਟੈਂਪਰੇਚਰ ਥੋੜਾ ਵੀ ਵਧਿਆ ਹੋਇਆ ਲਵੇ, ਉਸੇ ਦਿਨ ਤੋਂ ਤੁਸੀਂ ਇਹ ਜਿਹੜੀ ਡਾਈਟ ਹੁਣੇ ਦੱਸੀ ਗਈ ਹੈ ਉਹ ਸ਼ੁਰੂ ਕਰ ਦਵੋ। 80 ਪੇਸ਼ੈਂਟਸ ਦੇ ਉੱਤੇ ਇਹ ਸਟੱਡੀ ਕੀਤੀ, ਦੋ ਗਰੁੱਪ ਵਿੱਚ ਡਿਵਾਈਡ ਕਰ ਲਏ। 40 ਪੇਸ਼ੈਂਟ ਲਗਭਗ ਉਹ ਸੀ ਜਿਨ੍ਹਾਂ ਨੂੰ ਕੋਈ ਦਵਾਈ ਨਹੀਂ ਦਿੱਤੀ ਗਈ, ਔਰ 40 ਪੇਸ਼ੈਂਟ ਲਗਭਗ ਉਹ ਸੀ ਜਿਨ੍ਹਾਂ ਨੂੰ ਪੈਰਾਸੀਟਾਮੋਲ ਹਰ ਥੋੜੀ ਥੋੜੀ ਦੇਰ ਬਾਅਦ ਦਿੱਤੀ ਗਈ। ਔਰ ਹੋਇਆ ਕਿ ਜਦ ਰਿਜ਼ਲਟਸ ਦੇਖੇ ਗਏ, ਕੁਛ ਹੀ ਦਿਨਾਂ ਵਿੱਚ ਰਿਜ਼ਲਟ ਸਾਹਮਣੇ ਆ ਗਏ ਕਿ ਜਿਹੜੇ ਲੋਕਾਂ ਨੇ ਕੋਈ ਵੀ ਦਵਾਈ ਨਹੀਂ ਲਈ ਸੀ ਉਹਨਾਂ ਵਿੱਚ ਸਿਰਫ ਇੱਕ ਇਨਸਾਨ ਦੀ ਮੌਤ ਹੋਈ, ਔਰ ਜਿਨ੍ਹਾਂ ਨੇ ਪੈਰਾਸੀਟਾਮੋਲ ਹਰ ਥੋੜੀ ਥੋੜੀ ਦੇਰ ਬਾਅਦ ਲਈ ਉਹਨਾਂ ਵਿੱਚ 7 ਲੋਕਾਂ ਦੀ ਮੌਤ ਹੋਈ। ਇਸ ਵੇਲੇ ਸਾਡੀ ਬੋਡੀ ਨੇ ਖੁਦ ਹੀ ਇੰਡੀਕੇਸ਼ਨ ਦੇ ਦੀ ਕਿ ਹੁਣ ਮੈਨੂੰ ਮਨ ਨਹੀਂ ਕਰ ਰਿਹਾ ਖਾਣ ਦਾ, ਇੱਛਾ ਨਹੀਂ ਹੈ, ਕਿਉਂ? ਕਿਉਂਕਿ ਅੰਦਰ ਸਫਾਈ ਚੱਲ ਰਹੀ ਹੈ। ਸੋ ਉਸ ਟਾਈਮ ਸਾਨੂੰ ਨਾਰੀਅਲ ਪਾਣੀ ਵਰਗੀ ਚੀਜ਼ ਜਾਂ ਸੰਤਰੇ ਦੇ ਜੂਸ ਵਰਗੀ ਚੀਜ਼ ਦੇਣੀ ਹੈ ਜੋ ਬੜੀ ਆਰਾਮ ਨਾਲ ਬੋਡੀ ਡਾਇਜੈਸਟ ਵੀ ਕਰ ਲਵੇ, ਮਿਨਰਲਸ ਤੇ ਵਿਟਾਮਿਨਸ ਦੀ ਕਮੀ ਵੀ ਪੂਰੀ ਕਰ ਦੇਵੇ। ਸਤਿ ਸ੍ਰੀ ਅਕਾਲ ਜੀ, ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਬਹੁਤ ਹੀ ਖਾਸ ਹਫਤਾਵਰੀ ਪ੍ਰੋਗਰਾਮ ਭੋਜਨ ਹੀ ਬਿਮਾਰੀ ਭੋਜਨ ਹੀ ਇਲਾਜ ਦੇ ਵਿੱਚ। ਇਸ ਪ੍ਰੋਗਰਾਮ ਦਾ ਸਾਡਾ ਮਕਸਦ ਹੈ ਕਿ ਕੁਦਰਤੀ ਤਰੀਕੇ ਦੇ ਨਾਲ ਅਸੀਂ ਆਪਣੇ ਸਰੀਰ ਦੇ ਅੰਦਰ ਜੋ ਮਾੜੀਆਂ ਮੋਟੀਆਂ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਕਿਵੇਂ ਠੀਕ ਕਰ ਸਕਦੇ ਹਾਂ, ਅਤੇ ਕਿਹੜਾ ਅਜਿਹਾ ਭੋਜਨ ਖਾਣਾ ਚਾਹੀਦਾ, ਸਾਨੂੰ ਪੌਸ਼ਟਿਕ ਆਹਾਰ ਲੈਣਾ ਚਾਹੀਦਾ ਕਿ ਸਾਨੂੰ ਬਿਮਾਰੀਆਂ ਲੱਗਣ ਹੀ ਨਾ। ਇਹੀ ਸਾਡਾ ਮਕਸਦ ਹੈ ਕਿ ਸਾਡੀ ਸਭ ਦੀ ਰਸੋਈ ਦੇ ਵਿੱਚ ਇਲਾਜ ਹੁੰਦਾ ਹੈ, ਪਰ ਅਸੀਂ ਬਾਹਰ ਵੱਲ ਨੂੰ ਭੱਜਦੇ ਹਾਂ ਤੇ ਕਈ ਵਾਰੀ ਬਿਨਾਂ ਮਤਲਬ ਤੋਂ ਅਸੀਂ ਬਿਮਾਰੀਆਂ ਸਹੇੜ ਲੈਂਦੇ ਹਾਂ। ਸੋ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਸਰੀਰ ਦੇ ਬਾਰੇ, ਆਪਣੇ ਭੋਜਨ ਦੇ ਬਾਰੇ। ਸਾਡੇ ਇਸ ਪ੍ਰੋਗਰਾਮ ਦੇ ਖਾਸ ਮਹਿਮਾਨ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਕੈਨੇਡਾ ਤੋਂ ਜੁੜਦੇ ਨੇ, ਖਾਸ ਤੌਰ ਤੇ ਡਾਕਟਰ ਕਮਲਪ੍ਰੀਤ ਸਿੰਘ, ਜਿਹੜੇ ਕਿ ਨਿਊਟ੍ਰੀਸ਼ਨ ਐਕਸਪਰਟ ਨੇ। ਜਿਹੜੀ ਡਾਇਟ ਹੈ, ਖਾਣਾ ਹੈ, ਜਿਹੜਾ ਭੋਜਨ ਨੂੰ ਕਿਵੇਂ ਖਾਣਾ, ਕਿਹੜੀ ਵਿਧੀ ਦੇ ਨਾਲ ਖਾਣਾ ਹੈ, ਉਹਦੇ ਵਿੱਚ ਉਹ ਪੂਰੀ ਮਾਹਿਰਤਾ ਰੱਖਦੇ ਨੇ। ਸੋ ਸਮੇਂ ਦਾ ਭਾਵੇਂ ਬੜਾ ਡਿਫਰੈਂਸ ਹੈ, ਬੜਾ ਹੀ ਫਰਕ ਹੈ ਕੈਨੇਡਾ ਅਤੇ ਪੰਜਾਬ ਦੇ ਸਮੇਂ ਦਾ। ਜੇ ਉੱਥੇ ਰਾਤ ਹੈ ਤਾਂ ਇੱਧਰ ਦਿਨ ਤੜਕਾ ਹੁੰਦਾ ਹੈ, ਜੇ ਉੱਧਰ ਸਵੇਰ ਹੈ ਤਾਂ ਇੱਧਰ ਨੂੰ ਰਾਤ ਹੁੰਦੀ ਹੈ, ਪਰ ਫਿਰ ਵੀ ਡਾਕਟਰ ਸਾਹਿਬ ਸਮਾਂ ਕੱਢਦੇ ਨੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਖਾਸ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਸੋ ਪਿਛਲੇ ਜਿਹੜੇ 2 ਐਪੀਸੋਡ ਕਰ ਚੁੱਕੇ ਹਾਂ ਇਸ ਪ੍ਰੋਗਰਾਮ ਦੇ, ਬਹੁਤ ਹੀ ਵਧੀਆ ਹੁੰਗਾਰਾ ਸਾਰੇ ਦਰਸ਼ਕਾਂ ਨੇ ਦਿੱਤਾ ਹੈ। ਡਾਇਬਟੀਜ਼ ਨੂੰ ਲੈ ਕੇ ਜਿਹੜਾ ਪ੍ਰੋਗਰਾਮ ਆਪਾਂ ਕੀਤਾ ਸੀ ਉਹਨੂੰ ਬਹੁਤ ਹੀ ਵਧੀਆ ਹੁੰਗਾਰਾ ਮਿਲਿਆ ਡਾਕਟਰ ਸਾਹਿਬ। ਸੋ ਹੁਣ ਮੌਸਮ ਹੈ ਜਿਹੜਾ ਉਹ ਬਦਲ ਰਿਹਾ, ਪੰਜਾਬ ਦੇ ਵਿੱਚ ਮੌਸਮ ਇਹਨੇ ਦਿਨੀ ਜਿਹੜਾ ਹੈਗਾ ਗਰਮੀਆਂ ਤੋਂ ਬਾਅਦ ਸਰਦੀ ਆਉਂਦੀ ਹੈ, ਤੇ ਇਸ ਬਦਲਦੇ ਮੌਸਮ ਦੇ ਵਿੱਚ ਸਰੀਰ ਦੇ ਵਿੱਚ ਕਾਫੀ ਤਬਦੀਲੀ ਅਸੀਂ ਦੇਖ ਪਾ ਰਹੇ ਹਾਂ। ਹਰ ਵਾਰ ਦੀ ਤਰ੍ਹਾਂ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਖੰਘ, ਜ਼ੁਕਾਮ, ਬੁਖਾਰ, ਇਸ ਤਰ੍ਹਾਂ ਦਾ ਜਿਹੜਾ ਵਾਇਰਲ ਫੀਵਰ ਜਿਹਨੂੰ ਲੋਕ ਇੱਥੇ ਕਹਿੰਦੇ ਨੇ ਉਹ ਸਾਰਿਆਂ ਨੂੰ ਚਿਮੜਿਆ ਹੋਇਆ ਹੈਗਾ, ਤੇ ਇਹਦੇ ਵਿੱਚ ਬਦਲਦੇ ਮੌਸਮ ਦੇ ਵਿੱਚ ਆਪਾਂ ਨੂੰ ਕੀ ਖੁਰਾਕ ਲੈਣੀ ਚਾਹੀਦੀ ਹੈ, ਅਤੇ ਕੀ ਕੁਛ ਜਿਹੜੀਆਂ ਨਿੱਕੀਆਂ ਨਿੱਕੀਆਂ ਬਿਮਾਰੀਆਂ ਨੇ ਉਹਨਾਂ ਨੂੰ ਅਸੀਂ ਕਿਵੇਂ ਘਰ ਦੇ ਵਿੱਚ ਠੀਕ ਕਰ ਸਕਦੇ ਹਾਂ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਇਹ ਮੈਂ ਜਾਣਨਾ ਚਾਹਾਂਗੀ ਕਿ ਬਦਲਦੇ ਮੌਸਮ ਦੇ ਵਿੱਚ ਇਹ ਜਿਹੜੀਆਂ ਨਿੱਕੀਆਂ ਮੋਟੀਆਂ ਸਮੱਸਿਆਵਾਂ ਨੇ ਇਹ ਕਿਉਂ ਆਉਂਦੀਆਂ ਨੇ ਸਰੀਰ ਦੇ ਵਿੱਚ? ਹਾਂਜੀ ਹਾਂਜੀ, ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਇਹ ਛੋਟੀ ਮੋਟੀ ਪ੍ਰੋਬਲਮਸ ਜਿਹੜੀਆਂ ਹੈਗੀਆਂ ਜਾਂ ਛੋਟੀ ਮੋਟੀ ਕਈਆਂ ਵਾਸਤੇ ਵੱਡੀ ਵੀ ਬਣ ਸਕਦੀਆਂ ਨੇ। ਸੋ ਬੁਖਾਰ ਹੁੰਦਾ ਹੈ, ਜ਼ੁਕਾਮ, ਖਾਂਸੀ, ਟਾਇਲਟ ਬਾਰ ਬਾਰ ਜਾਣਾ ਜਿਹਨੂੰ ਡਾਇਰੀਆ ਕਹਿ ਦਿੰਦੇ ਆ, ਇਸ ਤੋਂ ਇਲਾਵਾ ਸਾਡਾ ਨੱਕ ਬੰਦ ਹੋ ਜਾਂਦਾ ਹੈਗਾ,
ਤੇ ਵੀਕਨੈਸ ਆ ਜੀ ਸਕਦੀ ਹੈ ਕਈ ਵਾਰੀ, ਕਮਜ਼ੋਰੀ। ਸੋ ਇਸ ਤਰ੍ਹਾਂ ਦੀ ਚੀਜ਼ਾਂ ਹੋ ਸਕਦੀਆਂ ਨੇ ਤੇ ਹੁੰਦੀਆਂ ਨੇ, ਕਿਉਂਕਿ ਦੇਖੋ ਹੁਣ ਗਰਮੀਆਂ ਤੋਂ ਸਰਦੀਆਂ ਆ ਰਹੀਆਂ ਨੇ, ਮੌਸਮ ਬਦਲ ਰਿਹਾ ਹੈ, ਪੱਤੇ ਝੜਦੇ ਨੇ, ਫਿਰ ਇਸ ਪ੍ਰਕਾਰ ਕੁਦਰਤ ਵਿੱਚ ਬਦਲਾਵ ਆ ਰਿਹਾ ਹੈ। ਤਾਂ ਸਾਡੇ ਸਰੀਰ ਵਿੱਚ ਵੀ ਇੱਕ ਬਿਲਕੁਲ ਬਦਲਾਵ ਆਉਂਦਾ ਹੈ, ਸਾਡੀ ਬੋਡੀ ਵੀ ਐਡਜਸਟ ਕਰਦੀ ਹੈ ਇਸ ਬਦਲਾਵ ਦੇ ਨਾਲ। ਤੇ ਹੁੰਦਾ ਕੀ ਹੈ, ਯੂਜਲੀ ਓਵਰ ਅ ਪੀਰੀਅਡ ਆਫ ਟਾਈਮ ਸਾਡੀ ਬੋਡੀ ਦੇ ਵਿੱਚ ਕੁਝ ਗੰਦਗੀ ਇਕੱਠੀ ਹੋ ਜਾਂਦੀ ਹੈ। ਸੋ ਉਸ ਗੰਦਗੀ ਨੂੰ ਬਾਹਰ ਕੱਢਣ ਵਾਸਤੇ ਬੋਡੀ ਕੀ ਕਰਦੀ ਹੈ, ਇਸ ਤਰ੍ਹਾਂ ਦੀ ਜਿਹੜੀ ਸਿੰਪਟਮਸ ਨੇ ਜਿਵੇਂ ਫੀਵਰ ਹੋ ਗਿਆ ਜਾਂ ਫਿਰ ਖਾਂਸੀ ਹੋ ਗਈ, ਜ਼ੁਕਾਮ ਹੋ ਗਿਆ, ਡਾਇਰੀਆ ਹੋ ਗਿਆ, ਇਹ ਲਗਾਉਂਦਾ ਹੈ ਤਾਂ ਕਿ ਸਰੀਰ ਦੀ ਸਫਾਈ ਹੋ ਸਕੇ। ਥੋੜਾ ਜਿਹਾ ਮੈਂ ਇਹਨੂੰ ਡਿਟੇਲ ਵਿੱਚ ਜੀ ਐਕਸਪਲੇਨ ਕਰਦਾ। ਯੂਜਲੀ ਕੀ ਹੁੰਦਾ ਹੈ, ਹਰ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਜਦ ਵੀ ਅਸੀਂ ਕੋਈ ਚੀਜ਼ ਖਾਂਦੇ ਆ ਨਾ, ਉਹ ਖਾਣ ਤੋਂ ਬਾਅਦ ਚੀਜ਼ ਅੰਦਰ ਡਾਈਜੈਸਟ ਹੁੰਦੀ ਹੈ, ਡਾਈਜੈਸਟ ਹੋ ਕੇ ਸਾਡੇ ਸਰੀਰ ਨੂੰ ਪੋਸ਼ਣ ਮਿਲਦਾ ਹੈ, ਤੇ ਜਿਹੜਾ ਵੇਸਟ ਹੁੰਦਾ, ਜੀ ਜਿਹੜਾ ਜੋ ਬੋਡੀ ਨੂੰ ਨਹੀਂ ਚਾਹੀਦਾ ਹੁੰਦਾ, ਬੋਡੀ ਪਿਸ਼ਾਬ ਰਾਹੀਂ, ਮਲ ਤਿਆਗ ਦੇ ਰਾਹੀਂ ਕੱਢ ਦਿੰਦੀ ਹੈ ਬਾਹਰ। ਤਾਂ ਸਾਡੀ ਬੋਡੀ ਦੇ ਚਾਰ ਜੀ ਜੀ ਚੈਨਲਸ ਹੁੰਦੇ ਨੇ ਡੀਟੌਕਸ ਕਰਨ ਦੇ, ਆਪਣੇ ਅੰਦਰ ਸਫਾਈ ਕਰਨ ਦੇ। ਪਹਿਲਾਂ ਤਾਂ ਹੁੰਦਾ ਹੈ ਪਿਸ਼ਾਬ ਕਰਨਾ, ਫਿਰ ਹੁੰਦਾ ਹੈ ਮਲ ਤਿਆਗ ਕਰਨਾ, ਔਰ ਇਸ ਤੋਂ ਇਲਾਵਾ ਸਾਹ ਜਿਹੜੀ ਆਪਾਂ ਬਾਹਰ ਛੱਡਦੇ ਹਾਂ ਉਹਦੇ ਨਾਲ ਵੀ ਗੰਦਗੀ ਬਾਹਰ ਨਿਕਲਦੀ ਹੈ। ਜਿਹੜੀ ਚੌਥੀ ਚੀਜ਼ ਹੁੰਦੀ ਠੀਕ ਹੈ ਹੈ ਉਹ ਹੁੰਦੀ ਹੈ ਸਾਡੇ ਸਵੈਟ, ਯਾਨੀ ਪਸੀਨਾ। ਸੋ ਸਵੈਟ, ਯੂਰਿਨ, ਸਟੂਲ ਐਂਡ ਬ੍ਰੈਥ, ਇਹ ਚਾਰ ਚੈਨਲਸ ਹੁੰਦੇ ਨੇ ਬੋਡੀ ਦੀ ਸਫਾਈ ਕਰਨ ਵਾਸਤੇ। ਲੇਕਿਨ ਕਈ ਕਈ ਵਾਰੀ ਠੀਕ ਕੀ ਹੁੰਦਾ ਹੈ, ਓਵਰ ਅ ਪੀਰੀਅਡ ਆਫ ਟਾਈਮ ਸਾਡੀ ਬੋਡੀ ਵਿੱਚ ਗੰਦਗੀ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਬੋਡੀ ਨੂੰ ਇੱਕ ਮਾਸਟਰ ਕਲੈਂਸ ਕਰਨਾ ਪੈਂਦਾ ਹੈ। ਜਿਵੇਂ ਤੁਸੀਂ ਦੇਖੋ, ਆਪਾਂ ਹਰ ਰੋਜ਼ ਆਪਣੇ ਘਰ ਦੀ ਸਫਾਈ ਕਰਦੇ ਹਾਂ, ਕੂੜਾ ਕਚਰਾ ਬਾਹਰ ਕੱਢਦੇ ਹਾਂ, ਪਰ ਸਾਲ ਵਿੱਚ ਇੱਕ ਵਾਰੀ ਦੀਵਾਲੀ ਹੋਵੇ ਜਾਂ ਗੁਰਪੁਰਬ ਹੋਵੇ ਤੇ ਆਪਾਂ ਚੰਗੀ ਤਰ੍ਹਾਂ ਸਫਾਈ ਕਰਦੇ ਹਾਂ, ਸੋਫੇ ਉਠਾ ਕੇ, ਜੀ ਜੀ ਕਾਰਪੇਟ ਚੱਕ ਕੇ, ਸਾਰਾ ਕੁਝ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ। ਸੋ ਇਸੇ ਤਰ੍ਹਾਂ ਸਾਲ ਵਿੱਚ ਬਿਲਕੁਲ ਇੱਕ ਆਧ ਵਾਰੀ ਸਾਡਾ ਸਰੀਰ ਵੀ ਆਪਣੇ ਆਪ ਨੂੰ ਬੁਖਾਰ ਦੇ ਕੇ, ਆਪਣੇ ਆਪ ਨੂੰ ਖਾਂਸੀ ਜ਼ੁਕਾਮ ਦੇ ਕੇ ਅੰਦਰ ਦੀ ਸਫਾਈ ਕਰਨ ਦੀ ਕੋਸ਼ਿਸ਼ ਕਰਦਾ ਹੈ। ਤੁਸੀਂ ਦੇਖੋ, ਜਿਸ ਅੱਛਾ ਵੇਲੇ ਸਾਨੂੰ ਬੁਖਾਰ ਆਉਂਦਾ ਹੈ, ਸਾਡੇ ਸਰੀਰ ਦਾ ਟੈਂਪਰੇਚਰ ਵੱਧਦਾ ਹੈ ਤੇ ਸਾਡੇ ਸਰੀਰ ਦੇ ਵਿੱਚੋਂ ਪਸੀਨਾ ਨਿਕਲਦਾ ਹੈ। ਤੋ ਇੱਕ ਸਾਡਾ ਜਿਹੜਾ ਜੀ ਸਵੈਟ ਚੈਨਲ ਸੀਗਾ, ਪਸੀਨਾ ਬਾਹਰ ਕੱਢਣ ਵਾਲਾ ਚੈਨਲ, ਉਹ ਐਕਟੀਵੇਟ ਹੋ ਜਾਂਦਾ ਹੈ। ਸੋ ਉਸ ਦੇ ਰਾਹੀਂ ਗੰਦਗੀ ਠੀਕ ਹੈ ਬਾਹਰ ਨਿਕਲਦੀ ਹੈ। ਦੂਜੀ ਚੀਜ਼ ਕੀ ਹੁੰਦੀ ਹੈ, ਜਦ ਸਾਡੀ ਬੋਡੀ ਦਾ ਟੈਂਪਰੇਚਰ ਵੱਧਦਾ ਹੈ, ਟੈਂਪਰੇਚਰ ਵੱਧਣ ਨਾਲ ਸਾਡੇ ਸਰੀਰ ਵਿੱਚ ਕੋਈ ਇਸ ਪ੍ਰਕਾਰ ਦਾ ਵੇਸਟ ਹੁੰਦਾ ਹੈ ਤੇ ਉਹ ਬਰਨ ਹੋਣਾ, ਮੈਲਟ ਹੋਣਾ ਸ਼ੁਰੂ ਹੁੰਦਾ ਹੈ। ਐਂਡ ਸੈਕੰਡਲੀ, ਜਿਵੇਂ ਆਪਾਂ ਗੱਲ ਕੀਤੀ ਸੀ ਕਿ ਵਾਇਰਲ ਫੀਵਰ ਦੀ ਗੱਲ ਕੀਤੀ ਸੀ, ਅਗਰ ਸਾਡੀ ਬੋਡੀ ਵਿੱਚ ਕੋਈ ਇਸ ਤਰ੍ਹਾਂ ਦਾ ਜੀਵਾਣੂ ਆ ਜਾਏ, ਕੋਈ ਬੈਕਟੀਰੀਆ ਜਾਂ ਵਾਇਰਸ ਜੋ ਸਾਨੂੰ ਖਰਾਬ ਕਰ ਰਿਹਾ ਹੈ, ਅੰਦਰੋਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤੇ ਸਾਡੀ ਬੋਡੀ ਕੀ ਕਰਦੀ ਹੈ, ਉਹਨੂੰ ਗਰਮੀ ਦੇ ਨਾਲ, ਫੀਵਰ ਦੇ ਨਾਲ ਰੋਕਣ ਦੀ ਕੋਸ਼ਿਸ਼ ਕਰਦੀ ਹੈ। ਸੋ ਇਹ ਫੀਵਰ ਸਾਡਾ ਕੋਈ ਜੀ ਦੁਸ਼ਮਣ ਨਹੀਂ ਹੈ, ਇਹ ਫੀਵਰ ਸਾਨੂੰ ਹੈਲਪ ਕਰਨ ਵਾਸਤੇ ਆਇਆ ਹੈ। ਇਸ ਪ੍ਰਕਾਰ ਕਾਫੀ ਸਾਰੀ ਜੀ ਲੇਟੈਸਟ ਮੈਡੀਕਲ ਐਂਡ ਸਾਇੰਟਿਫਿਕ ਰਿਸਰਚਸ ਵਿੱਚ ਦੇਖਿਆ ਗਿਆ ਹੈ। ਸੋ ਜੀ ਇਸੇ ਤਰ੍ਹਾਂ ਮਤਲਬ ਆਪਾਂ ਅੱਗੇ ਚੱਲੀਏ। ਤੁਹਾਡੇ ਕਹਿਣ ਦੇ ਮੁਤਾਬਿਕ ਜੀ ਜੀ ਕਿ ਬੁਖਾਰ ਹੈ ਜਿਹੜਾ ਉਹ ਹੋਣਾ ਜ਼ਰੂਰੀ ਹੁੰਦਾ, ਪਰ ਕਈ ਵਾਰੀ ਡਾਕਟਰ ਸਾਹਿਬ ਮੈਂ ਦੇਖਿਆ ਕਿ ਬਹੁਤ ਸਾਰੇ ਮੇਰੇ ਆਸ-ਪਾਸ ਹੀ ਬਹੁਤ ਸਾਰੇ ਇਸ ਤਰ੍ਹਾਂ ਦੇ ਦੋਸਤ ਮਿੱਤਰ ਹੈਗੇ ਨੇ, ਪਰਿਵਾਰਿਕ ਮੈਂਬਰ, ਜਿਨ੍ਹਾਂ ਨੂੰ ਬੁਖਾਰ ਚੜ੍ਹਦਾ ਹੀ ਨਹੀਂ ਆ, ਉਹ ਕਹਿੰਦੇ ਨੇ ਮੈਨੂੰ ਕਿੰਨੇ ਸਾਲ ਹੋ ਗਏ ਬੁਖਾਰ ਹੋਏ ਨੂੰ, ਤੇ ਉਹਨਾਂ ਦਾ ਸਰੀਰ ਯਾਨੀ ਕਿ ਫਿਰ ਜ਼ਿਆਦਾ ਤੰਦਰੁਸਤ ਹੁੰਦਾ ਹੈ? ਹਾਂ, ਇਹ ਕੁਐਸਚਨ ਜਿਹੜਾ ਹੈਗਾ ਕਾਫੀ ਵਧੀਆ ਹੈਗਾ, ਤੇ ਇਸ ਸਿਰਫ ਇਸ ਚੀਜ਼ ਨੂੰ ਦੇਖ ਕੇ ਆਪਾਂ ਇਹ ਕਨਫਰਮ ਨਹੀਂ ਕਰ ਸਕਦੇ ਕਿ ਉਹਨਾਂ ਦਾ ਸਰੀਰ ਵਧੀਆ ਹੈ ਕਿ ਨਹੀਂ ਹੈਗਾ। ਐਕਚੁਅਲੀ ਵਿੱਚ ਸਟਰੋਂਗ ਇਮਿਊਨਿਟੀ ਹੋਣ ਦੀ ਕੁਝ ਨਿਸ਼ਾਨੀਆਂ ਹੁੰਦੀਆਂ ਨੇ, ਉਸ ਨਿਸ਼ਾਨੀਆਂ ਵੱਲ ਵਧਣ ਜੀ ਤੋਂ ਪਹਿਲਾਂ ਮੈਂ ਇੱਕ ਪੁਆਇੰਟ ਕਵਰ ਕਰਨਾ ਚਾਹੁੰਦਾ, ਉਹ ਇਹ ਹੈ ਕਿ ਜੇ ਉਹਨਾਂ ਨੂੰ ਬੁਖਾਰ ਨਹੀਂ ਹੁੰਦਾ ਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਖਾਂਸੀ ਹੁੰਦੀ ਹੋਏ, ਜ਼ੁਕਾਮ ਹੁੰਦਾ ਹੋਏ, ਲੈਟਰੀਨ ਲੱਗਦੀਆਂ ਹੋਣ, ਇਸ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਨਾਲ ਹੋ ਜੀ ਸਕਦੀਆਂ ਨੇ। ਕਿਉਂਕਿ ਕਿਸੇ ਦੀ ਬੋਡੀ ਬੁਖਾਰ ਨਾਲ ਗੰਦਗੀ ਕੱਢਦੀ ਹੈ, ਕਿਸੇ ਦੀ ਬੋਡੀ ਡਾਇਰੀਆ ਨਾਲ ਕੱਢਦੀ ਹੈ, ਸਭ ਬੋਡੀਆਂ ਦਾ ਥੋੜਾ ਥੋੜਾ ਫਰਕ ਹੋ ਸਕਦਾ ਹੈ। ਸੋ ਜਿਵੇਂ ਮੰਨ ਲਓ ਜੀ ਜੀ ਲੈਟਰੀਨ ਅਗਰ ਕਿਸੇ ਨੂੰ ਬਾਰ ਬਾਰ ਲੱਗ ਜਾਵੇ, ਡਾਇਰੀਆ ਲੱਗ ਜਾਵੇ, ਤੇ ਸਾਡੇ ਪੇਟ ਵਿੱਚ ਜਿਹੜੀ ਗੰਦਗੀ ਹੈ ਬੋਡੀ ਮਲ ਤਿਆਗ ਰਾਹੀਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਜੇ ਜ਼ੁਕਾਮ ਲੱਗ ਜਾਵੇ, ਜੀ ਸਾਡੇ ਅੰਦਰ ਜਿਹੜਾ ਰੇਸ਼ਾ ਬਣਿਆ ਹੋਇਆ ਉਹ ਰੇਸ਼ਾ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਤੋ ਇਸ ਸਮੇਂ ਸਾਨੂੰ ਜੀ ਆਪਣੀ ਬੋਡੀ ਨੂੰ ਸਪੋਰਟ ਕਰਨਾ ਚਾਹੀਦਾ ਹੈ ਸਫਾਈ ਦੇ ਵਿੱਚ, ਨਾ ਕਿ ਉਸਨੂੰ ਦਵਾਈ ਖਾ ਕੇ ਉਸੇ ਟਾਈਮ ਰੋਕ ਲੈਣਾ ਚਾਹੀਦਾ ਹੈ, ਕਿਉਂਕਿ ਰੇਸ਼ਾ ਤੋਂ ਬਾਹਰ ਨਿਕਲ ਰਿਹਾ ਸੀਗਾ। ਅਸੀਂ ਕਹਾਂਗੇ ਨਹੀਂ ਆਪਾਂ ਦਵਾਈ ਖਾ ਲੈਣੀ ਹੈ ਤੇ ਉਹਨੂੰ ਅੰਦਰ ਹੀ ਰੋਕ ਲੈਣਾ ਹੈ। ਸੋ ਜੇ ਉਹ ਗੰਦਗੀ ਅੰਦਰ ਹੀ ਇਕੱਠੀ ਹੋਏਗੀ ਤੇ ਅੱਗੇ ਜਾ ਕੇ ਹੋਰ ਵੱਡੀ ਸਮੱਸਿਆ ਦਾ ਰੂਪ ਧਾਰਨ ਕਰ ਸਕਦੀ ਹੈ। ਸੋ ਇੱਕ ਜ਼ੁਕਾਮ, ਬਿਲਕੁਲ ਖਾਂਸੀ, ਬਿਲਕੁਲ ਨਜ਼ਲਾ, ਇਹ ਬਾਅਦ ਵਿੱਚ ਜਾ ਕੇ ਬ੍ਰੌਂਕਾਈਟਿਸ, ਅਸਥਮਾ ਦਾ ਰੂਪ ਵੀ ਧਾਰਨ ਕਰ ਸਕਦਾ ਹੈ ਕਿ ਅਗਰ ਆਪਾਂ ਗੰਦਗੀ ਨੂੰ ਅੰਦਰ ਹੀ ਭਰ ਕੇ ਰੱਖੀਏ ਤਾਂ। ਬਿਲਕੁਲ ਡਾਕਟਰ ਸਾਹਿਬ, ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਹੈ ਜੀ, ਮੈਂ ਆਪਣੇ ਆਪਣੇ ਸਰੀਰ ਦੀ ਆਪਣੀ ਗੱਲ ਕਰ ਲਵਾਂ ਤੇ ਜਦੋਂ ਜ਼ੁਕਾਮ ਹੁੰਦਾ ਹੈ ਤਾਂ ਕਦੇ ਵੀ ਇਹ ਮਨ ਨਹੀਂ ਕਰਦਾ ਕਿ ਦਵਾਈ ਲਈਏ, ਕਿਉਂਕਿ ਇੱਕ ਦੋ ਵਾਰੀ ਇਦਾਂ ਦਾ ਐਕਸਪੀਰੀਅੰਸ ਹੋ ਚੁੱਕਿਆ, ਦਵਾਈ ਲਓ ਤੇ ਜਾਮ ਹੋ ਜਾਂਦਾ ਹੈ, ਫਿਰ ਸਿਰ ਇੱਕ ਤਰੀਕੇ ਦੇ ਨਾਲ ਜਕੜਿਆ ਜਾਂਦਾ ਹੈ। ਇਹ ਸ਼ਾਇਦ ਸਾਰਿਆਂ ਨੂੰ ਵੀ ਮਹਿਸੂਸ ਹੁੰਦਾ ਹੋਏਗਾ, ਵੱਡੇ ਵੀ ਸਾਡੇ ਘਰ ਦੇ ਵੀ ਕਹਿੰਦੇ ਨੇ ਕਿ ਜ਼ੁਕਾਮ ਹੋਵੇ ਤਾਂ ਦਵਾਈ ਨਹੀਂ ਲੈਣੀ, ਇਸ ਨੂੰ ਬਾਹਰ ਕੱਢਣਾ ਹੈ, ਗੰਦਗੀ ਹੈ। ਸੋ ਬੜੀ ਚੰਗੀ ਜਿਹੜੀ ਜਾਣਕਾਰੀ ਹੈਗੀ ਹੈ। ਤੇ ਡਾਕਟਰ ਸਾਹਿਬ, ਜਦੋਂ ਇਹ ਸਾਰੀਆਂ ਬੁਖਾਰ ਹੋਵੇ, ਚਾਹੇ ਜਿਹੜਾ ਹੈਗਾ
ਟੱਟੀਆਂ ਲੱਗਦੀਆਂ ਨੇ, ਲੂਜ਼ ਮੋਸ਼ਨ ਲੱਗਦੇ ਨੇ, ਇਹ ਇਹੋ ਜਿਹੀਆਂ ਜਦੋਂ ਸਮੱਸਿਆਵਾਂ ਆਉਂਦੀਆਂ ਨੇ ਸਰੀਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਇੱਕ ਕਮਜ਼ੋਰੀ ਮਹਿਸੂਸ ਹੁੰਦੀ ਹੈ ਸਰੀਰ ਨੂੰ। ਬੁਖਾਰ ਤੋਂ ਬਾਅਦ ਤਾਂ ਬਿਲਕੁਲ ਹੀ ਨਿਢਾਲ ਹੋ ਜਾਂਦਾ ਹੈ। ਉਸ ਤੋਂ ਬਾਅਦ ਫਿਰ ਆਪਾਂ ਨੂੰ ਕੀ ਡਾਇਟ ਹੈ ਜਿਹੜੀ ਉਹ ਲੈਣੀ ਚਾਹੀਦੀ ਹੈ, ਜਾਂ ਫਿਰ ਜਿਹੜਾ ਦੂਸਰਾ ਸਵਾਲ ਇਸ ਤੋਂ ਬਾਅਦ ਮੇਰਾ ਇਹ ਹੋਊਗਾ ਕਿ ਇਹਨਾਂ ਨੂੰ ਕੁਦਰਤੀ ਤਰੀਕੇ ਦੇ ਨਾਲ ਤੁਸੀਂ ਦੱਸ ਦਿੱਤਾ ਕਿ ਆਉਣ ਦੇਣਾ ਚਾਹੀਦਾ, ਪਰ ਫਿਰ ਵੀ ਕੁਛ ਨਾ ਕੁਛ ਤਾਂ ਕੁਦਰਤੀ ਤਰੀਕੇ ਦੇ ਨਾਲ ਇਲਾਜ ਹੋਊਗਾ ਜਿਹੜਾ ਆਪਾਂ ਕਰ ਸਕਦੇ ਹਾਂ। ਪਹਿਲਾਂ ਆਪਾਂ ਉਹ ਡਾਇਟ ਮੈਂ ਪੁੱਛਣਾ ਚਾਹਾਂਗੀ ਕਿ ਕਮਜ਼ੋਰੀ ਦੂਰ ਕਰਨ ਦੇ ਲਈ ਕੀ ਕੁਛ ਕਰਨਾ ਚਾਹੀਦਾ। हाँ, जिवें साडी बॉडी विच फीवर आंदा है या डायरिया लगता है तो साडी बॉडी विचों फ्लूइड लॉस हुंदा है, मिनरल लॉस हुंदा है, जिस करके कमजोरी आ सकती है। एंड सेकेंडली, क्योंकि उस वेले आपां कुछ खा पी नहीं रहे, खा नहीं रहे हाँ, तो ना खाण करके मतलब, क्योंकि जब फीवर आंदा है, तुसीं देखो जब भी फीवर आंदा है तो साडे ना टेस्ट बर्ड्स चेंज हो जाते हैं, सानू वही रोटी जिहड़ी कल स्वाद लग रही होंदी ने उस फीवर वाले दिन स्वाद नहीं लगती है ना, तुसीं देखिया इस तरह स्वाद ही नहीं आता, कोई स्वाद ही बेस्वाद होंगे सारा कुछ। बिल्कुल। सो साडी बॉडी सानू इंडिकेट कर रही है कि हुण असीं अंदरों सफाई करनी शुरू करन लगे हां, हुण तू रोटी नहीं खानी, हुण तू सानू सफाई करन दा टाइम देना है। सो मैं तुहानू दसदा कि हुंदा की है, जिस वेले सानू फीवर आंदा है वह फीवर सानू मदद कर रहा होंदा है अंदरों गंदगी साफ करन दी। हुण सानू करना की है, उस फीवर नू सपोर्ट करना है। सपोर्ट इस तरह करना है कि जल्दी तो जल्दी सफाई हो जावे ते फीवर चले जावे, फीवर करके जिहड़ी कमजोरी आ रही सी वह भी चली जावे। सो उहदे वास्ते एक बहुत ही कारगर डाइट जड़ी प्लान बनाई गई है, ये बहुत सारे आयुर्वेद और नेचुरोपैथी के स्पेशलिस्ट ने मिलकर डाइट बनाई सी, जिन्होंने 3-स्टेप फ्लो डाइट कहा जाता है। और इस डाइट नाल पिछले 3 साल 60,000 तो उत्ते पेशेंट्स जड़े ने वो ठीक हुए ने फ्लू तो, और ये बहुत बड़ी कामयाबी सी साडी टीम वास्ते, नेटवर्क ऑफ इनफ्लुएंजा केयर एक्सपर्ट्स वास्ते। तो मैं तुहानू दसना चाहुंदा हां कि ये डाइट किस प्रकार है, उहदा थोड़ा जिहा मॉडिफाइड वर्जन मैं दसांगा। तो इहदे विच करना की है, पहले दिन सवेरे 8 बजे तो लैके रात दे 8 बजे तक तुसी कोई सॉलिड चीज नहीं खानी, सिर्फ पीना है। अच्छा। और की पीना हैगा, नारियल दा पानी पीना हैगा। ठीक है। और किन्ने ग्लास पीना हैगा डिपेंड करेगा, हर 1.5-1.5 घंटे बाद तुसी पीना है। यानी मान लो पहला नारियल पानी का ग्लास 8 बजे पीता, तो दूजा ग्लास 9:30 बजे पियोगे, फिर 11 बजे, फिर 12:30 बजे, इस तरह 8 बजे तो लेके रात के 8 बजे तक तुसी सिर्फ नारियल पानी पीना है या फिर साधारण पानी पी सकते हो। ये हो गया पहले दिन की डाइट। जी जी बिल्कुल बिल्कुल। सो सेकंड डे की डाइट है उहदे विच की करना है, असी ऑलमोस्ट सिमिलर ही होगा, थोड़ा जा चेंज है इहदे विच। सो सवेरे 8 बजे तो लैके 2 बजे तक असी हर 2 घंटे बाद नारियल का पानी पीना है। यानी पहला गिलास 8 बजे हो गया, फिर 10 बजे हो गया, फिर 12 बजे हो गया, फिर 2 बजे हो गया। जी जी। फिर 3 बजे के आस पास असी हुण कुछ खा सकते हैं, पर रोटी सब्जी नहीं खानी, दाल चावल नहीं खाना, सानू खीरे ते टमाटर दा सलाद बना के खाना है। ठीक है ठीक है। हाँ, इहदी क्वांटिटी जिहड़ी हैगी ओह होएगी 300 तो लैके 400 ग्राम तक, और उस तो बाद 1.5-2 घंटा ठहर के यानी 4, 4:30, 5 बजे फिर आपां नारियल पानी पी सकते हैं, फिर 2 घंटे बाद नारियल पानी पी सकते हैं, और यही साडा सेकंड डे का डाइट हैगा। इस तो बाद आपां आईए थर्ड डे। थर्ड डे की करना है, दोपहर दे 12 बजे तक सिर्फ नारियल पानी पीना है। यानी जिवें 8 बजे पी लिया, फिर उस तो बाद 10 बजे पी लिया, फिर 12 बजे पी लिया। हुण 12 बजे तो बाद असी फिर सलाद खा सकते हैं टमाटर ते खीरे दा, 300 तो लैके 400 ग्राम तक, और फिर शाम को 1 गिलास नारियल पानी पी सकते हैं। और तुसी देखोगे, कई पेशेंट्स हैरान हो जाओगे तुसी देख के, कि अगर तुसी इन्ना ही 2.5 दिन तक कर लिया, तुसी 3 दिन तक लगभग लगभग ठीक हो चुके होगे, तुहाडी बॉडी की कमजोरी भी जा चुकी होगी। मैक्सिमम पेशेंट से इस तरह हो जाता है, पर अगर कोई बहुत सीवियर पेशेंट हो, कॉम्प्लीकेटेड केस हो, तो उन्होंने थोड़ा टाइम होर लग जाता है। सो जे अगर तुसी हुण तक ठीक हो गए, तो 3 दिन की रात नूं तुसी घर दा बनिया शुद्ध शाकाहारी भोजन खा सकते हो। जी जी डॉक्टर साहब, मतलब 3 दिनों दे विच विच थोड़ा जिहड़ा हैगा कुदरती तरीके दे नाल घर दे विच बैठिया बैठिया बुखार वर्गियां समस्यावां ठीक हो सकदियां ने, ते तुसी तंदुरुस्त हो सकदे हो। बिल्कुल जी। सो डॉक्टर साहब, अगे आपां जे वधीए तां जिहड़ा हैगा लिक्विड डाइट दी तुसी गल कीती है, जिहड़ी लिक्विड डाइट इही तुसी नारियल पानी ही प्रेफर करदे हो। हाँ जी। सो लिक्विड डाइट के पिछे साइंस की है, साइंस के पिछे ये है कि लोग सोच रहे होंगे कि जे सानू कमजोरी आई है, बुखार आया है, तो सानू तो खांदे रहना चाहिए ताकि साडी एनर्जी बनी रहे। तुसीं देखो अक्सर बच्चों नू भुख नहीं लग रही होंगी, मन नहीं कर रहा उन्हां खान दा, लेकिन माँ कहती है कि नहीं बेटे खा ले, नहीं तो कमजोरी आ जाएगी, है ना। जी जी हाँ। लेकिन होंदा की है कि जिस वेले साडी बॉडी ने खुद ही इंडिकेशन दे दी कि हुण मैनू
मन नहीं कर रहा खाण का, इच्छा नहीं है, क्यों? क्योंकि अंदर सफाई चल रही है। सो उस टाइम सानू नारियल पानी वर्गी चीज या संतरे के जूस वर्गी चीज देनी है जो बड़ी आराम नाल बॉडी डाइजेस्ट भी कर ले, मिनरल्स से वाइटामिन की कमी भी पूरी कर दे, ताकि कमजोरी भी ना आए ते सफाई भी चलती रहे। सो किसी जगह ते अगर नारियल पानी नहीं मिलता है तो उस टाइम तुसी संतरे का जूस लै सकते हो, या अनार का जूस लै सकते हो, या सफेद पेठे का जूस लै सकते हो, या सिंपल कोसा पानी भी पी सकते हो। ये चीजा ता ने जे नारियल पानी नहीं मिलता। ए पिछे की नहीं साइंस मिलता ये जी। है कि हाँ कि साड़ी बॉडी विच एनर्जी होंगी है, प्राण शक्ति होंगी है। इस प्राण शक्ति के दो फंक्शन मेन होंगे ने, पहला होंगे भोजन नु हजम करना, दूजा होंगे अंदर सफाई करना। सो जे ये प्राण शक्ति हजम करने विच लग जावे भोजन नु ते सफाई नहीं कर पाती प्रॉपरली। सो जे आपा 3 दिन वास्ते जी इनू हजम करने तो हटा के सफाई विच ही ला देन ते जल्दी तो जल्दी बुखार खांसी जुकाम ठीक हो जाता है। लेकिन अगर असी नॉर्मल खाना पीना खाते रहिए, घ्यो वाली चीजा, दुध वाली चीजा, बाहर दी चीजा के नाल बुखार खांसी चल रही है, दवाइयां भी खाते रहिए, तो फिर ये प्रॉपरली कभी ठीक ही नहीं हो पाता। अंदर कुछ ना कुछ कमी गंदगी रह जाती है। जी जी बिल्कुल बिल्कुल डॉक्टर साहब। सो बहुत जड़ी चंगी जानकारी तुसी दे रहे हैगे हो। ते एक होर जरूरी क्वेश्चन मैं पूछना चाहांगी कि तुसी कह रहे हो कि आराम दे नाल घर दे विच आपां नूं इलाज करना चाहिए, पर कई बारी हुंदा है कि बुखार है जिहड़ा वो 102 डिग्री तो भी उपर चला जावे टैंपरेचर, तां फिर बंदे नूं टेंशन होनी शुरू हो जाती है, फटाफट डॉक्टर दे कोल भजदे ने। खास कर जो छोटे बच्चों नूं बुखार हुंदा है तां इह हुंदा है घरदिआं नूं कि फटाफट डॉक्टर दे कोल लै जाइए किते कोई होर समस्या ना हो जाए। ते घर दे विच वो 102 डिग्री नूं आपां किवें बर्दाश्त कर सकदे हां, कि मतलब अपनी घबराहट नूं किवें दूर रख सकदे हां, क्योंकि अद्धा तां बंदा सोच सोच के मैनूं लगदा बीमार हो जांदा है। हाँ बिल्कुल बिल्कुल, जेडे लोग ये वीडियो देख रहे रहे उन्हां नूं मैं दसना चाहूंगा कि जिस दिन बुखार दा पहला लक्षण आवे, बॉडी टेम्परेचर थोड़ा भी वध्या हो लवे, उसी दिन तो तुसी ये जिहड़ी डाइट हुणे दसी गई है वो शुरू कर दवो। जे तुसी उसी टाइम शुरू कर दोगे तां तुसी देखोगे कि दूजे तीजे दिन चौथे दिन तक फर्क पै जाएगा ते ज्यादा टेम्परेचर वधेगा भी नहीं। लेकिन अगर टेम्परेचर फिर भी वधदा है ते डिस्कम्फर्ट भी आंदी है, शरीर भी टुटदा है, बड़ी दिक्कतां आंदियां ने। सो सानू टेम्परेचर मैनेजमेंट करनी पड़ेगी, टेम्परेचर मैनेजमेंट इन नेचुरल वेज। देखो साइंटिफिक स्टडीज विच, मेडिकल लिटरेचर विच अजे तक कोई इस तरह का एविडेंस नहीं है कि अगर टेम्परेचर 104 तो थले रहता है तो कोई नुकसान होता है। सो 104 तक जो टेम्परेचर है वो एक्सट्रीमली डेंजरस नहीं है, लेकिन फिर भी ऑन अ सेफ साइड असं 102 नूं मान के चलिए कि असं अपने टेम्परेचर 102 तो थले रखना चाहते हैं। सो 102 तक अगर टेम्परेचर जा रहा है तो ये डाइट जी है तो ठीक कर देगी। लेकिन अगर ये 102 तो उत्ते जा रहा है, 102 तो उत्ते नहीं जा रहा तो डाइट ठीक कर देगी। अगर 102 तो उत्ते थोड़ा जा रहा है तो डाइट के नाल कुछ चीजा होर करनिया पैणगियां। वह चीजा होर किया ने, वह है ठंडी पट्टियां। ठंडी पट्टियां जिवें ही टेंपरेचर 102 तो उत्ते जाए, डाइट के नाल नाल तुसीं ठंडियां पट्टियां करनी शुरू कर दो। 2-3 कपड़े लो कॉटन के, एक उन्होंने चंगी तरह ठंडे पानी में भिगो के चंगी तरह निचोड़ के उस तो बाद अपने पैरों की दोवें पिंडलियां लपेट लवो, काफ मसल से ते लपेट लवो। इस तो अलावा तीजे कपड़े जी नू अपने कमर दे अपने पेट दे आले दुआले लपेट लो। होएगा कि वो एरिया ठंडा होना शुरू हो जाएगा जिदे नाल बॉडी दा टेम्परेचर थोड़ा जा घट जाएगा और 15-20 मिनट विच देखोगे टेम्परेचर डाउन होना शुरू हो जाएगा। लेकिन अगर जेड़ा पेशेंट है वो अगर ਉਦੋਂ ਕੰਬਣੀ ਛਿੜ ਜਾਵੇ, ਸ਼ਿਵਰਿੰਗ ਸ਼ੁਰੂ ਹੋ ਜਾਵੇ, ਤੇ ਤੁਸੀਂ ਫਿਰ ਬਿਲਕੁਲ ਠੰਡੀ ਪੱਟੀਆਂ ਰੋਕ ਦੇਣੀਆਂ ਨੇ, ਕਿਉਂਕਿ ਬਾਡੀ ਦਾ ਸਿਗਨਲ ਆ ਗਿਆ ਹੈ ਕਿ ਅਸੀਂ ਆਪਣੇ ਆਪ ਨੂੰ ਗਰਮ ਰੱਖਣਾ ਚਾਹੁੰਦੇ ਹਾਂ, ਅਸੀਂ ਠੰਡਾ ਨਹੀਂ ਹੋਣਾ ਚਾਹੁੰਦੇ ਹਾਂ। ਸੋ ਅਸੀਂ ਬਾਡੀ ਨੂੰ ਦੇਖ ਕੇ ਚੱਲ ਰਹੇ ਹਾਂ। ਜੀ ਜੀ ਬਿਲਕੁਲ ਬਿਲਕੁਲ, ਉਹੀ ਮੈਂ ਸਵਾਲ ਮੇਰੇ ਮਨ 'ਚ ਆ ਰਿਹਾ ਸੀ ਕਿ ਜਿਹੜੇ ਪੇਸ਼ੈਂਟ ਕੰਬਣ ਲੱਗ ਜਾਂਦੇ ਨੇ ਉਹ ਤਾਂ ਕਹਿੰਦੇ ਨੇ ਮੇਰੇ ਤੇ ਇੱਕ ਨਹੀਂ, ਦੋ ਨਹੀਂ, ਤਿੰਨ ਚਾਰ ਰਜਾਈਆਂ ਸੁੱਟ ਦੋ, ਇਸ ਤਰ੍ਹਾਂ ਦੇ ਹਾਲਾਤ ਵੀ ਹੋ ਜਾਂਦੇ ਨੇ। ਸੋ ਉਸ ਪੇਸ਼ੈਂਟ ਨੂੰ ਆਪਾਂ ਪੱਟੀਆਂ ਨੇ ਜਿਹੜੀਆਂ ਠੰਡੇ ਪਾਣੀ ਦੀਆਂ ਉਹ ਨਹੀਂ ਦੇਣੀਆਂ, ਬਹੁਤ ਧਿਆਨ ਰੱਖਣਾ। ਸੋ ਡਾਕਟਰ ਸਾਹਿਬ ਜਿਹੜਾ ਇਹ ਇਲਾਜ ਹੈ ਇਹ ਕੁਦਰਤੀ ਤਰੀਕੇ ਦਾ ਇਲਾਜ ਹੈ, ਤਾਂ ਕੀ ਜਿਹੜੇ ਆਲਰੇਡੀ ਪੇਸ਼ੈਂਟ ਨੇ ਜਿਨ੍ਹਾਂ ਨੂੰ ਕੋਈ ਵੱਡੀਆਂ ਬਿਮਾਰੀਆਂ ਨੇ, ਖਾਸ ਤੌਰ ਤੇ ਜੇ ਕੋਈ ਸ਼ੂਗਰ ਦਾ ਪੇਸ਼ੈਂਟ ਹੈ, ਡਾਇਬੀਟੀਜ਼ ਦਾ ਪੇਸ਼ੈਂਟ ਹੈ, ਕੀ ਉਹਨਾਂ ਨੂੰ ਵੀ ਇਹੀ ਤਰੀਕਾ ਫੋਲੋ ਕਰਨਾ ਚਾਹੀਦਾ, ਉਹਨਾਂ ਤੇ ਵੀ ਅਸਰਦਾਰ ਸਾਬਤ ਹੋਊਗਾ? हाँ हाँ इतने मैं पहले तक दसना चाहता कि जे तुहानू हुणे डायबिटीज है लेकिन तुहानू अजे बुखार नहीं शुरू होया ते साडा खालस टीवी ते पिछला प्रोग्राम होया सी डायबिटीज दे उत्ते, तुसीं ओह प्रोग्राम हुणे इस वीडियो तों बाद देखना और उहनू फॉलो करके अपने आप नू डायबिटीज तों मुक्त कर लेना, डायबिटीज नू ठीक कर लेना। पर मन लो ये वीडियो जी तुहानू मिली ही तद जब तुहानू डायबिटीज है ते नाल ही बुखार भी आ गया है, तां तुसीं ये डाइट फॉलो कर सकते हो, इहदे विच टेंशन लैण दी गल नहीं हैगी है। अपने शुगर रीडिंग्स नू बस मोनिटर करते रहना है किन्नी फ्लक्चुएशन आ रही है और अपने डॉक्टर के नाल जी
ਟੱਚ ਵਿੱਚ ਰਹਿਣਾ ਹੈ ਤਾਂ ਕਿ ਉਹ ਤੁਹਾਡੀ ਮੈਡੀਸਿਨਸ ਨੂੰ ਐਡਜਸਟ ਕਰ ਸਕੇ ਅਕੋਰਡਿੰਗ ਟੂ ਯੋਰ ਸ਼ੂਗਰ ਲੈਵਲਸ। ਸੋ ਬਸ ਇਸੇ ਚੀਜ਼ ਦਾ ਧਿਆਨ ਰੱਖਣਾ ਹੈ ਤੇ ਜਦ ਤੁਸੀਂ ਠੀਕ ਹੋ ਜਾਓ ਉਸ ਤੋਂ ਬਾਅਦ ਤੁਸੀਂ ਸਾਡੀ ਜਿਹੜੀ ਡਾਈਟ ਹੈ ਡਾਇਬੀਟੀਜ਼ ਨੂੰ ਠੀਕ ਕਰਨ ਵਾਲੀ ਉਹ ਫੋਲੋ ਕਰਨਾ ਸ਼ੁਰੂ ਕਰ ਦਿਵੋ ਤਾਂ ਕਿ ਤੁਸੀਂ ਡਾਇਬੀਟੀਜ਼ ਮੁਕਤ ਵੀ ਹੋ ਜਾਓ। ਜੀ ਜੀ ਬਿਲਕੁਲ। ਸੋ ਡਾਕਟਰ ਸਾਹਿਬ, ਇੱਕ ਬੜੇ ਤਰ੍ਹਾਂ ਦੇ ਮਤਲਬ ਕਾੜਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਜੇ ਤੁਹਾਨੂੰ ਬੁਖਾਰ ਹੋ ਗਿਆ ਜਾਂ ਫਿਰ ਖਾਸ ਤੌਰ ਤੇ ਜੇ ਖੰਘ ਹੋ ਗਈ, ਜ਼ੁਕਾਮ ਹੋ ਗਿਆ, ਤਾਂ ਕਾੜਾ ਜਿਹੜਾ ਹੈਗਾ ਉਹਦੀ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਕਾੜਾ ਪੀਓ, ਕਾੜਾ ਪੀਓ। ਕਾੜੇ ਵੱਖ ਵੱਖ ਤਰ੍ਹਾਂ ਦੇ ਹੁੰਦੇ ਨੇ, ਜਾਂ ਫਿਰ ਤੁਸੀਂ ਕੋਈ ਸੁਜੈਸਟ ਕਰਦੇ ਹੋ, ਤੁਸੀਂ ਕੋਈ ਸਲਾਹ ਦਿੰਦੇ ਹੋ ਕਿ ਇਹ ਕਾੜਾ ਜਿਹੜਾ ਉਹ ਅਸਰਦਾਰ ਹੋ ਸਕਦਾ, ਲੈਣਾ ਵੀ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਗਰਮੀਆਂ ਵਿੱਚ ਜਾਂ ਸਰਦੀਆਂ ਵਿੱਚ? ਬਹੁਤ ਸਾਰੇ ਸਵਾਲ ਨੇ ਕਾੜੇ ਨੂੰ ਲੈ ਕੇ। हाँ, काढ़े में लेके बड़े सारे सवाल होंगे ने, क्योंकि देखो आयुर्वेदिक जड़ी जड़ी बूटियां होंदिया ने वह बहुत बेनीफिशियल तो होंदिया ने, पर कई बार की होंगे उन्होंने जी तसीर होंगी है वह कई बार गर्म होंगी है, तो काढ़े लोग कई बार जी ज्यादा पा के ते बहुत हाई क्वांटिटी बना के ते बार बार पी लेंगे ते फिर साड़ा पै जाता है अंदर, गर्मी भी लगनी कई बार शुरू हो जाती है। सो मैं ये कहना चाहुंदा जी हाँ जी कि जिहड़ी उपर आपां हुणे आपां डाइट बारे गल कीती है बहुत सिंपल डाइट हैगी ते इहनूं फॉलो करके तुसीं अपने बुखार नूं बड़ी आराम नाल ठीक कर सकदे हो। हाँ, लेकिन अगर ठीक मान है लो बुखार ज्यादा जा रहा है या खांसी जुकाम हो गई है ते रेशा भरिया होया तां तुहाडी बॉडी नूं थोड़ी गरमाइश की भी लोड़ है, सो उस केस विच तुसीं दिन विच 2 वारी डाइट दे अलावा दिन विच 2 वारी सवेरे शाम एक एक कप काढ़ा भी पी सकते हो। और काढ़ा किस चीज का होना जी चाहिए, वो ही साड़ी जिहड़ी जड़ी बूटियां ने जिवें अदरक हो गई, तुलसी हो गया, गिलोय हो गया, काली मिर्च, लौंग, हल्दी, ये सारी चीजें लेके तुसी अपना काढ़ा बना के इनू दिन विच एक एक कप दोवें सवेरे शाम पी सकते हो, तुहानू फायदा ही करेगा। जी डॉक्टर साहब, मैं थोड़ी जी तकलीफ होर देवांगी सानू कि काढ़े दे तुसी ये जिहड़े हैगे ने कुदरती जिहड़ियां चीजां ने दसियां ने कि इन्हां दा काढ़ा आपां बना सकदे हां, इहनू बनाउण दी भी विधि दस सकदे हो तुसी 1 मिंट दे विच? कईआं नूं नहीं पता हुंदा। हाँ, बनाउण दी विधि इस प्रकार होंदी है कि छोटा टुकड़ा अदरक दा लिया, उहदे विच 8 तों 10 पत्ते तुलसी दे ले, 3-4 काली मिर्चां लईआं, सो इस प्रकार तुसी अपने एक आधा चम्मच एक चम्मच हल्दी दा लिया, उहनू एक अद्धे लीटर पानी विच पा के उहनू बॉयल ते लाता, जदों पानी अद्धा रह गया ते उहनू कप विच ट्रांसफर करके सिप 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 करके पी लिया। सिप सिप करके इस करके पीना है और तां पीना है जदों गर्म होवे, क्योंकि जिस वेले गर्म होएगा ते इहदी गरमाइश जिहड़ी हैगी उह तुहाडा रेशा जिहड़ा है उहनू पिघलाण विच वी हैल्प करेगा, और सिप करके इस करके पीना है क्योंकि लग लग के जदों अंदर जाएगा तां ज्यादा बेनिफिट करेगा इंसटेड ऑफ कि गटक गटक के। और यही गल मैं पॉइंट दोबारा दसना चाहुंदा कि जिहड़ी नारियल पानी वाली डाइट असीं दसी है उहदे विच वी नारियल पानी नूं गटकना नहीं है, नारियल पानी नूं आराम नाल सिप सिप करके पीना हैगा टाइम लगा के। ਜੀ। ਸੋ ਡਾਕਟਰ ਸਾਹਿਬ, ਇਹਦੇ ਪਿੱਛੇ ਕੀ ਸਾਇੰਸ ਹੈ ਕਿ ਅਸੀਂ ਕਈ ਵਾਰੀ ਹੁੰਦਾ ਕਿ ਬਹੁਤ ਜ਼ਿਆਦਾ ਕਾਹਲੀ ਦੇ ਵਿੱਚ ਆਮ ਤੌਰ ਤੇ ਵੀ ਆਪਾਂ ਪਾਣੀ ਪੀਣਾ ਹੁੰਦਾ ਤਾਂ ਫਟਾਫਟ ਗੱਟ ਗੱਟ ਕਰਕੇ ਪਾਣੀ ਪੀ ਜਾਂਦੇ ਹਾਂ, ਲੱਸੀ ਪੀਣੀ ਹੈ, ਦੁੱਧ ਪੀਣਾ ਹੈ, ਕੰਪੀਟੀਸ਼ਨ ਵੀ ਹੁੰਦੇ ਨੇ ਘਰਾਂ ਦੇ ਵਿੱਚ ਕਿ ਹਾਂਜੀ ਦੱਸੋ ਪਹਿਲਾਂ ਕਿਹੜਾ ਦੁੱਧ ਪੀਊਗਾ। ਸੋ ਜਿਹੜਾ ਹੈਗਾ ਇਹ ਮਤਲਬ ਸਿਪ ਸਿਪ ਕਰਕੇ ਪੀਣ ਦੇ ਪਿੱਛੇ ਕੀ ਸਾਇੰਸ ਹੈ ਕਿ ਹਰੇਕ ਚੀਜ਼ ਇਸ ਤਰ੍ਹਾਂ ਪੀਣੀ ਚਾਹੀਦੀ ਹੈ? हाँ, ज्यादातर चीजा ऐसे प्रकार पीनिया चाहिदियां ने, चाहे पानी दी गल होवे, चाहे कोई जूस दी गल होवे, कोई स्मूदी दी गल होवे। उहदा कारण इह है कि देखो जिस वेले मान लो आपां खीरे दा जूस बनाया मान लो, है ना, सो जे आपां खीरे नूं खाणा सीगा उस नूं आपां चबांदे, जे आपां चबांदे ते उहदे साडे मूंह विच ना सैलिवरी ग्लैंड्स ने जिहदे विचों सलाइवा निकलदा है, थूक निकलदी है, ਇਹ ਜਿਹੜੀ ਥੁੱਕ ਹੁੰਦੀ ਹੈ ਜੀ ਸਲਾਈਵਾ ਹੁੰਦੀ ਹੈ, ਇਹ ਸਾਡੀ ਡਾਈਜੈਸਟਿਵ ਸਿਸਟਮ ਦਾ ਇੱਕ ਪਾਰਟ ਹੈ, ਸਾਨੂੰ ਹੈਲਪ ਕਰਦਾ ਹੈ ਖਾਣੇ ਨੂੰ ਚੰਗੀ ਤਰ੍ਹਾਂ ਪਚਾਉਣ ਵਾਸਤੇ, ਤੇ ਆਪਣੇ ਆਪ ਵਿੱਚ ਵੀ ਇਹ ਇੱਕ ਗੁਣਕਾਰੀ ਪਦਾਰਥ ਹੁੰਦਾ ਹੈ, ਜਦ ਆਪਾਂ ਇਹਨੂੰ ਚਬਾਉਂਦੇ ਹਾਂ ਤੇ ਇਹ ਸਾਡੇ ਭੋਜਨ ਦੇ ਨਾਲ ਅੰਦਰ ਜਾਂਦਾ ਹੈ ਤੇ ਸਾਡੇ ਅੰਦਰ ਜਾ ਕੇ ਸਾਨੂੰ ਫਾਇਦਾ ਕਰਦਾ ਹੈ, ਸਾਨੂੰ ਪਚਾਉਣ ਵਿੱਚ ਹੈਲਪ ਕਰਦਾ ਹੈ। ਸੋ ਜਦ ਆਪਾਂ ਗੜਗੜ ਕਰਕੇ ਪੀ ਜਾਂਦੇ ਹਾਂ ਤੇ ਸਾਨੂੰ ਉਹ ਵਾਲੀ ਚੀਜ਼ ਨਹੀਂ ਮਿਲਦੀ, ਸੋ ਜੇ ਆਪਾਂ ਉਹਨੂੰ ਮੂੰਹ ਵਿੱਚ ਰੱਖ ਕੇ ਮੰਨ ਲਓ ਆਪਾਂ 1 ਘੁੱਟ ਭਰਿਆ ਨਾਰੀਅਲ ਪਾਣੀ ਦਾ ਤੇ ਉਹਨੂੰ ਮੂੰਹ ਵਿੱਚ ਇਦਾਂ ਦਾ ਘੁਮਾਇਆ ਤੇ ਉਹ ਸਾਡਾ ਉਹਦੇ ਵਿੱਚ ਲੱਗ ਕੇ ਅੰਦਰ ਜਾਏਗਾ, ਜ਼ਿਆਦਾ ਬੈਨੀਫਿਟ ਕਰੇਗਾ, ਜ਼ਿਆਦਾ ਫਾਇਦਾ ਕਰੇਗਾ। ਜੀ, ਬਿਲਕੁਲ। ਸੋ ਡਾਕਟਰ ਸਾਹਿਬ, ਬੁਖਾਰ ਨੂੰ ਲੈ ਕੇ ਇੱਕ ਹੋਰ ਸਵਾਲ ਮਨ ਦੇ ਵਿੱਚ ਆ ਰਿਹਾ ਕਿ ਕਈ ਵਾਰੀ ਸਾਰੇ ਸਵਾਲ ਵੈਸੇ ਤਾਂ ਆਪਾਂ ਪੁੱਛ ਲਏ, ਪਰ ਇੱਕ ਰਹਿ ਗਿਆ ਕਿ ਕਈਆਂ ਨੂੰ ਬੁਖਾਰ ਦੇ ਵਿੱਚ ਬਹੁਤ ਜ਼ਿਆਦਾ ਬਾਡੀ ਪੇਨ ਹੁੰਦੀ ਹੈ, ਸਰੀਰ ਬਹੁਤ ਹੀ ਦੁਖਦਾ ਹੁੰਦਾ ਹੈ, ਤੇ ਉਹ ਕਈ ਵਾਰੀ ਤਾਂ ਬਰਦਾਸ਼ਤ ਤੋਂ ਬਾਹਰ ਹੁੰਦਾ ਹੈ, ਨਾ ਬੰਦਾ ਪੈ ਸਕਦਾ ਹੈ, ਨਾ ਬਹਿ ਸਕਦਾ ਹੈ, ਨਾ ਤੁਰ ਸਕਦਾ ਹੈ, ਉਹਨੂੰ ਹੁੰਦਾ ਕਿ ਮੈਨੂੰ ਕੁਛ ਨਾ ਕੁਛ ਇਹੋ ਜਿਹਾ ਮਿਲੇ ਕਿ ਮੈਂ ਇੱਕਦਮ ਮੇਰਾ ਪੇਨ ਠੀਕ ਹੋ ਜੇ, ਉਹਦੇ ਲਈ ਕੀ ਕਰਨਾ ਚਾਹੀਦਾ ਉਹ ਦਰਦ ਨੂੰ ਘਟਾਉਣ ਦੇ ਲਈ? हाँ, इत्थे मैं एक गल खास कहना चाहुंदा हां कि देखो असीं हर रोज भज दौड़ करदे हां, काम ते जांदे हां, सारे दुनिया भर दे काम करदे हां, ਸਾਡੀ ਆਪਣੀ ਬੋਡੀ ਨੂੰ ਕਿੰਨਾ ਟਾਈਮ ਦਿੰਦੇ ਆ, ਸੋ ਸਾਲ ਵਿੱਚ ਸਾਨੂੰ ਬੁਖਾਰ ਇੱਕ ਵਾਰੀ ਹੋ ਜਾਵੇ ਤੇ ਸਾਨੂੰ 3-4 ਦਿਨ ਵਾਸਤੇ ਰੈਸਟ ਕਰਨਾ ਚਾਹੀਦਾ ਹੈ, ਸਾਨੂੰ ਉਸ ਟਾਈਮ ਵੀ ਭੱਜ ਦੌੜ ਵਿੱਚ ਨਹੀਂ ਲੱਗਣਾ ਚਾਹੀਦਾ ਹੈਗਾ, ਕਿਉਂਕਿ ਅਗਰ ਆਪਾਂ ਭੱਜ ਦੌੜ ਕਰਾਂਗੇ ਤੇ ਬੋਡੀ ਨੂੰ ਉਨਾ ਰੈਸਟ ਨਹੀਂ ਮਿਲੇਗਾ ਅੰਦਰੋਂ ਤੇ ਉਹ ਸਫਾਈ ਕਰਨ ਵਿੱਚ ਟਾਈਮ ਜ਼ਿਆਦਾ ਲਗਾਏਗੀ, ਸੋ 2-3 ਦਿਨ ਆਪਾਂ ਜੀ ਟਿਕ ਕੇ ਰੈਸਟ ਕਰ ਲਈਏ
ਤੇ ਫਾਇਦਾ ਜ਼ਿਆਦਾ ਹੁੰਦਾ ਹੈ। ਸੋ ਉਹਦੇ ਵਾਸਤੇ ਡਾਇਟ ਬੜੀ ਕਾਰਗਰ ਹੈ। ਲੇਕਿਨ ਅਗਰ ਬੋਡੀ ਪੇਨ, ਬੋਡੀ ਵਿੱਚ ਜ਼ਿਆਦਾ ਹੋ ਜਾਵੇ, ਮਤਲਬ ਸਰੀਰ ਦੁਖਣਾ ਹੋ ਜਾਵੇ, ਇਸ ਪ੍ਰਕਾਰ ਚੀਜ਼ਾਂ ਹੋ ਜਾਣ, ਤਾਂ ਤੁਸੀਂ ਇੱਕ ਲੋਅਰ ਜੀ ਲੈਗ ਹੌਟ ਵਾਟਰ ਇਮਰਸ਼ਨ ਕਰ ਸਕਦੇ ਹੋ। ਲੋਅਰ ਲੈਗ ਹੌਟ ਵਾਟਰ ਇਮਰਸ਼ਨ ਕੀ ਹੁੰਦਾ ਹੈ? ਤੁਸੀਂ ਆਪਣੇ ਦੋਵਾਂ ਪੈਰਾਂ ਨੂੰ ਗੋਡਿਆਂ ਤੱਕ ਇੱਕ ਗਰਮ ਗਰਮ ਪਾਣੀ ਦੀ ਬਾਲਟੀ ਵਿੱਚ ਪਾ ਕੇ 15-20 ਮਿੰਟ ਬੈਠਣਾ ਹੈਗਾ। ਜੇ ਤੁਸੀਂ 15-20 ਮਿੰਟ ਠੀਕ ਹੈ ਗਰਮ ਗਰਮ ਪਾਣੀ ਦੀ ਬਾਲਟੀ ਵਿੱਚ ਦੋਵੇਂ ਪੈਰ ਪਾ ਲਓਗੇ, ਤੇ ਤੁਹਾਡੀ ਬਾਡੀ ਦਾ ਜਿਹੜਾ ਹੌਟ ਵਾਟਰ ਥੱਲੋਂ ਜਾ ਰਿਹਾ ਹੈ, ਉਹ ਬਾਡੀ ਨੂੰ ਅੰਦਰੋਂ ਰਿਲੈਕਸ ਕਰਨਾ ਸ਼ੁਰੂ ਕਰੇਗਾ। ਤੁਹਾਡਾ ਅਗਰ ਬਲੱਡ ਪ੍ਰੈਸ਼ਰ ਜੀ ਵਧਿਆ ਹੋਇਆ ਹੈ, ਉਹਨੂੰ ਵੀ ਕੰਟਰੋਲ ਕਰਨ ਵਿੱਚ ਹੈਲਪ ਕਰੇਗਾ। ਤੁਸੀਂ ਦੇਖੋਗੇ ਤੁਹਾਡੀ ਬਾਡੀ ਰਿਲੈਕਸ ਹੋ ਜਾਏਗੀ, ਕਾਫੀ ਹੱਦ ਤੱਕ ਪੇਨ ਵਿੱਚ ਤੁਹਾਨੂੰ ਆਰਾਮ ਮਿਲੇਗਾ। ਜੀ 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 ਸੋ ਡਾਕਟਰ ਸਾਹਿਬ, ਅੱਛਾ, ਇੱਕ ਸਰੀਰ ਦੇ ਵਿੱਚ ਪਲੇਟਲੈਟਸ ਦੀ ਕਮੀ ਹੋ ਜਾਂਦੀ ਹੈ, ਖਾਸ ਕਰਕੇ ਜੋ ਡੇਂਗੂ ਫੀਵਰ ਹੁੰਦਾ ਹੈ, ਤਾਂ ਉਹਨਾਂ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ ਘਰ ਦੀ ਡਾਈਟ ਦੇ ਨਾਲ, ਦੇਸੀ ਖੁਰਾਕ ਦੇ ਨਾਲ? ਹਾਂ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਕਿਉਂਕਿ ਇਸ ਦੇ ਪਿੱਛੇ ਕਾਫੀ ਲੋਕਾਂ ਨੂੰ ਪਰੇਸ਼ਾਨੀ ਉਠਾਣੀ ਪੈਂਦੀ ਹੈ ਡੇਂਗੂ ਦੇ ਵਿੱਚ। ਸੋ ਜਿਹੜੀ ਡਾਈਟ ਅਸੀਂ ਦੱਸੀ ਹੈ ਉਹ ਡੇਂਗੂ ਪੇਸ਼ੈਂਟਸ ਤੇ ਵੀ ਕੰਮ ਕਰੇਗੀ, ਲੇਕਿਨ ਨਾਲ ਨਾਲ ਅਗਰ ਪਲੇਟਲੈਟਸ ਘਟੇ ਹੋਏ ਨੇ, ਪਰੇਸ਼ਾਨੀ ਜ਼ਿਆਦਾ ਹੈ, ਸੋ ਇੱਕ ਫਾਰਮੂਲਾ ਜਿਹੜਾ ਹੈ ਆਯੁਰਵੈਦਿਕ ਫਾਰਮੂਲਾ, ਅਸੀਂ ਸਾਡੀ ਜਿਹੜੇ ਹਰਿਆਣੇ ਦੇ ਇੱਕ ਬਹੁਤ ਪ੍ਰਸਿੱਧ ਵੈਦ ਨੇ, ਉਹਨਾਂ ਨੇ ਸਾਨੂੰ ਪ੍ਰੋਵਾਈਡ ਕਰਾਇਆ ਹੈ, ਉਹ ਮੈਂ ਫਾਰਮੂਲਾ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਦਾ ਹਾਂ, ਤੁਸੀਂ ਨੋਟ ਕਰ ਲਵੋ, ਲਿਖ ਲਵੋ। ਜਦ ਵੀ ਪਰੇਸ਼ਾਨੀ ਜ਼ਿਆਦਾ ਹੋਵੇ ਡੇਂਗੂ ਵਿੱਚ, ਤਾਂ ਤੁਸੀਂ ਇਹ ਫਾਰਮੂਲਾ ਬਣਾ ਕੇ ਦਿਨ ਵਿੱਚ ਸਵੇਰੇ ਸ਼ਾਮ 1-1 ਕੱਪ ਲੈ ਸਕਦੇ ਹੋ, 3 ਦਿਨ ਵਾਸਤੇ ਲੈ ਸਕਦੇ ਹੋ, ਅਲੋਂਗ ਵਿਦ ਦ ਡਾਇਟ, ਕਿਉਂਕਿ ਤੁਸੀਂ ਅਗਰ ਡਾਇਟ ਵੀ ਫਾਲੋ ਕਰੋਗੇ ਔਰ ਅਗਰ ਇਹ ਵੀ ਫਾਲੋ ਕਰੋਗੇ ਤਾਂ ਤੁਹਾਨੂੰ ਜਲਦੀ ਫਰਕ ਪੈ ਜਾਏਗਾ। ਸੋ ਫਾਰਮੂਲਾ ਇਸ ਪ੍ਰਕਾਰ ਹੈ, ਠੀਕ ਹੈ, ਪਪਾਇਆ ਯਾਨੀ ਪਪੀਤੇ ਦੇ ਪੱਤੇ 1 ਪੱਤਾ ਲੈਣਾ ਪਪੀਤਾ? ਹੈ, ਗਿਲੋਏ ਦੇ, ਜੀ ਹਾਂ, ਗਿਲੋਏ ਦੇ 4 ਪੱਤੇ ਲੈਣੇ ਨੇ, ਨੀਮ ਦੇ 8 ਪੱਤੇ ਲੈਣੇ ਨੇ, ਬੇਲ ਪੱਤਰ ਦੇ 4 ਪੱਤੇ ਲੈਣੇ ਨੇ, ਤੁਲਸੀ ਦੇ 10-12 ਪੱਤੇ ਲੈਣੇ ਨੇ, ਔਰ ਪੀਪਲ ਦੇ 4 ਪੱਤੇ ਲੈਣੇ ਨੇ, ਕਾਲੀ ਮਿਰਚ 4-5 ਲੈਣੀਆਂ ਨੇ, ਤੇ ਗਿਲੋਏ ਜਿਹੜਾ ਨਾ, ਗਿਲੋਏ ਦਾ ਟੁਕੜਾ 6 ਇੰਚ ਦਾ ਲੈਣਾ ਹੈਗਾ, ਤੇ ਇਸ ਤੋਂ ਇਲਾਵਾ ਠੀਕ ਹੈ, ਇੱਕ ਹਲਦੀ ਦਾ 1 ਚਮਚ ਹਲਦੀ ਲੈਣੀ ਹੈ। ਸੋ ਇਹਨਾਂ ਸਾਰਿਆਂ ਚੀਜ਼ਾਂ ਨੂੰ, ਜਿਹੜੀ ਚੀਜ਼ਾਂ ਕੁੱਟਣ ਵਾਲੀਆਂ ਨੇ ਉਹਨਾਂ ਨੂੰ ਕੁੱਟ ਲਈਆਂ, ਜਿਹੜੇ ਪੱਤੇ ਨੇ ਉਹਨਾਂ ਨੂੰ ਕੱਟ ਕੱਟ ਕੇ ਥੋੜਾ ਛੋਟਾ ਕਰ ਲਿਆ, ਇੱਕ 2 ਲੀਟਰ ਪਾਣੀ ਲਿਆ ਪਤੀਲੇ ਵਿੱਚ, ਸਾਰੀ ਚੀਜ਼ਾਂ ਉਹਦੇ ਵਿੱਚ ਪਾ ਦਿੱਤੀਆਂ, ਤੇ 15-20-25 ਮਿੰਟ ਨੂੰ ਉਬਾਲਾ ਦਿੱਤਾ, ਔਰ ਪਾਣੀ ਤਦ ਤੱਕ ਉਬਾਲੀ ਜਾਣਾ ਹੈ, ਉਬਾਲੀ ਜਾਣਾ ਹੈ ਤਦ ਤੱਕ ਉਹ 2 ਲੀਟਰ ਪਾਣੀ ਘੱਟੋ ਘੱਟ 1.5 ਲੀਟਰ ਜਾਂ 1 ਲੀਟਰ ਤੱਕ ਨਾ ਪਹੁੰਚ ਜਾਵੇ। ਜਦੋਂ ਉਹਨਾਂ ਪਹੁੰਚ ਗਿਆ, ਉਹਨੂੰ ਛਾਣ ਲਵੋ, ਛਾਣ ਕੇ ਰੱਖ ਲਵੋ, ਔਰ ਉਹਨੂੰ 1 ਕੱਪ ਸਵੇਰੇ 1 ਕੱਪ ਸ਼ਾਮ ਸਿਪ ਸਿਪ ਕਰਕੇ ਗਰਮ ਗਰਮ ਪੀਓ। ਠੀਕ ਹੈ, ਯਾਨੀ ਕਿ ਪਲੇਟਲੈਟਸ ਨੇ ਜਿਹੜੇ ਉਹ ਜਿਹੜੇ ਨੇ ਉਹ ਤੁਹਾਡੇ ਪੂਰੇ ਹੋ ਜਾਣਗੇ, ਜਿਹੜੀ ਕਮੀ ਸੀ ਸਰੀਰ ਦੇ ਵਿੱਚ ਪੂਰੀ ਹੋ ਜਾਏਗੀ। ਸੋ ਜ਼ਰੂਰ ਇਹ ਨੁਸਖਾ ਅਪਣਾ ਕੇ ਦੇਖਿਓ ਜਿਹਨੂੰ ਵੀ ਸਮੱਸਿਆ ਹੋਈ ਹੈ, ਖਾਸ ਕਰਕੇ ਡੇਂਗੂ ਫੀਵਰ ਹੋਇਆ। ਸੋ ਡਾਕਟਰ ਸਾਹਿਬ, ਅਖੀਰ ਤੇ ਮੈਂ ਤੁਹਾਡੇ ਤੋਂ ਇੱਕ ਸਵਾਲ ਹੋਰ ਪੁੱਛਣਾ ਚਾਹੁੰਦੀ ਹਾਂ, ਜਿਹੜਾ ਕਿ ਦਵਾਈਆਂ ਨੂੰ ਲੈ ਕੇ ਆ। ਆਮ ਤੌਰ ਤੇ ਜਦੋਂ ਘਰ ਦੇ ਵਿੱਚ ਕਿਸੇ ਨੂੰ ਵੀ ਬੁਖਾਰ ਹੋਵੇ, ਬੱਚੇ ਨੂੰ, ਜਵਾਨ ਨੂੰ, ਬਜ਼ੁਰਗ ਨੂੰ, ਬੀਪੀ ਨੂੰ, ਬੰਦੇ ਨੂੰ, ਕਿਸੇ ਨੂੰ ਵੀ ਹੋਵੇ, ਤਾਂ ਸਾਡੇ ਘਰ ਦੇ ਵੀ ਨਾਲ ਦੀ ਨਾਲ ਕਹਿ ਦਿੰਦੇ ਨੇ ਦਵਾਈਆਂ ਸਾਰਿਆਂ ਨੂੰ ਪਤਾ ਨੇ, ਬੁਖਾਰ ਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਸਾਲਟ ਤਾਂ ਇੱਕ ਹੁੰਦਾ, ਪਰ ਦਵਾਈਆਂ ਦੇ ਨਾਮ ਵੱਖਰੇ ਵੱਖਰੇ ਨੇ। ਭਾਰਤ ਵਿੱਚ ਕੋਈ ਹੋਰ ਨਾਮ ਹੋਊਗਾ, ਕੈਨੇਡਾ 'ਚ ਕੋਈ ਹੋਰ ਹੋਊਗਾ, ਅਮੈਰੀਕਾ 'ਚ ਕੋਈ ਹੋਰ, ਤਾਂ ਸਾਨੂੰ ਸੁਜੈਸਟ ਕੀਤਾ ਜਾਂਦਾ ਹੈ ਕਿ ਆਹ ਦਵਾਈ ਹੈ ਜਿਹੜੀ, ਆਹ ਗੋਲੀ ਖਾ ਲਓ ਜਦੋਂ ਮਤਲਬ ਬੁਖਾਰ ਹੈ ਜਿਹੜਾ ਉਹ ਚੜ੍ਹਦਾ ਹੀ ਹੁੰਦਾ, ਤਾਂ ਘਰੇ ਇਲਾਜ ਹੈ ਜਿਹੜਾ ਉਹ ਗੋਲੀ ਦੇ ਨਾਲ ਕਰ ਲਿਆ ਜਾਂਦਾ, ਤੇ ਉਹਦੇ ਨਤੀਜੇ ਵੀ ਆਉਂਦੇ ਨੇ ਜ਼ਾਹਿਰ ਤੌਰ ਤੇ। ਜਦੋਂ ਗੋਲੀ ਲਓ ਨਾਲ ਦੀ ਨਾਲ ਬੁਖਾਰ ਚਲਾ ਜਾਂਦਾ, ਫਿਰ ਦੂਸਰੀ ਡੋਜ਼ ਲੈ ਲਓ, ਫਿਰ ਜਿਹੜਾ ਹੋਰ ਫਰਕ ਪੈ ਜਾਂਦਾ, ਫਿਰ ਤੀਸਰੀ ਡੋਜ਼ ਲੈ ਲਓ, ਇਸ ਤਰੀਕੇ ਦੇ ਨਾਲ ਦਵਾਈਆਂ ਨੇ ਜਿਹੜੀਆਂ ਉਹ ਲਈਆਂ ਜਾਂਦੀਆਂ ਨੇ। ਤਾਂ ਸਵਾਲ ਮੇਰਾ ਇਹ ਹੈ ਕਿ ਇਹ ਦਵਾਈਆਂ ਜਿਹੜੀਆਂ ਤੁਰੰਤ ਬੰਦੇ ਨੂੰ ਠੀਕ ਕਰ ਦਿੰਦੀਆਂ ਨੇ 1-2 ਦਿਨਾਂ ਦੇ ਵਿੱਚ, ਕੀ ਇਹ ਸੁਰੱਖਿਅਤ ਨੇ ਦਵਾਈਆਂ ਲੈਣੀਆਂ? ਆਪਾਂ ਕਿਸੇ ਵੀ ਦਵਾਈ ਦਾ ਨਾਮ ਨਹੀਂ ਲੈ ਰਹੇ, ਕਿਸੇ ਕੰਪਨੀ ਦਾ ਨਾਮ ਨਹੀਂ ਲੈ ਰਹੇ, ਪਰ ਇੱਕ ਸਵਾਲ ਜ਼ਰੂਰ ਹੈ, ਕਿਉਂਕਿ ਅਸੀਂ ਕੁਦਰਤੀ ਤਰੀਕੇ ਦੇ ਨਾਲ ਇਲਾਜ ਦੀ ਗੱਲ ਕੀਤੀ ਹੈ। ਹਾਂ, ਇਹ ਇਹ ਜਿਹੜੀ ਇਨਸਟੈਂਟਲੀ ਜਿਹੜੇ ਬੁਖਾਰ ਡਾਊਨ ਹੋ ਜਾਂਦਾ ਹੈ, ਟੈਂਪਰੇਚਰ ਕੰਟਰੋਲ ਹੋ ਜਾਂਦਾ ਹੈ, ਇਹ ਇੱਕ ਬਹੁਤ ਵੱਡੀ ਚੀਜ਼ ਹੈ। ਇੱਕ ਚਲੋ ਸਿੰਪਟਮ ਵਿੱਚ ਕੁਝ ਟਾਈਮ ਵਾਸਤੇ ਤਾਂ ਰਿਲੀਫ ਦੇ ਦਿੰਦੀ ਹੈ, ਪਰ ਕੀ ਇਹ ਬੁਖਾਰ ਨੂੰ ਅਚਾਨਕ ਤੋਂ ਘਟਾਉਣਾ ਸਾਡੇ ਸਰੀਰ ਵਾਸਤੇ ਲੌਂਗ ਟਰਮ ਵਿੱਚ ਫਾਇਦੇਮੰਦ ਹੈ ਕਿ ਨੁਕਸਾਨਮੰਦ ਹੈ, ਇਹ ਸਾਨੂੰ ਸਮਝਣਾ ਪਏਗਾ। ਮੈਂ ਕਿਸੇ ਵੀ ਦਵਾਈ ਦੇ ਖਿਲਾਫ ਨਹੀਂ ਹਾਂ ਜਾਂ ਮੈਂ ਕਿਸੇ ਵੀ ਪੈਥੀ ਦੇ ਖਿਲਾਫ ਨਹੀਂ ਹਾਂ, ਮੈਂ ਰਿਸਰਚ ਕਰਦਾ ਹਾਂ, ਮੈਂ ਪੜ੍ਹਦਾ ਹਾਂ ਸਾਇੰਟਿਫਿਕ ਲਿਟਰੇਚਰ, ਮੈਡੀਕਲ ਲਿਟਰੇਚਰ। ਸੋ ਪਹਿਲੀ ਗੱਲ ਤਾਂ ਹਰਸ਼ਰਨ ਕੌਰ ਜੀ, ਆਪਾਂ ਇਹ ਗੱਲ ਡਿਸਕਸ ਕੀਤੀ ਸੀ ਕਿ ਬੁਖਾਰ ਜਿਹੜਾ ਹੈਗਾ ਇਹ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈ, ਇਹ ਇੱਕ ਸਿੰਪਟਮ ਹੈ ਕਿ ਸਾਡੇ ਅੰਦਰ ਕੋਈ ਜੀਵਾਣੂ ਖਲਬਲੀ ਮਚਾ ਰਿਹਾ ਹੈ ਜਾਂ ਫਿਰ ਕੋਈ ਗੰਦਗੀ ਅੰਦਰ ਇਕੱਠੀ ਹੋ ਗਈ ਹੈ, ਤੇ ਉਹਨੂੰ ਸਾਫ਼ ਕਰਨ ਵਾਸਤੇ ਬੁਖਾਰ ਆਇਆ ਹੈ। ਬੇਸਿਕਲੀ ਆਪਾਂ ਇਸ ਤਰ੍ਹਾਂ ਸਮਝੇ, ਸਿੰਪਲ ਉਦਾਹਰਣ ਦੇ ਤੌਰ ਤੇ, ਮੰਨ ਲਓ ਦੋ ਦੋ ਦੇਸ਼ਾਂ ਵਿੱਚ ਜੰਗ ਲੱਗੀ ਹੋਈ ਹੈ ਨਾ, ਤੇ ਇੱਕ ਦੇਸ਼ ਨੇ ਦੇਸ਼ ਤੇ ਹਮਲਾ ਕਰਤਾ ਆਪਣੀ ਸੈਨਾ ਦੇ ਨਾਲ, ਤੇ ਦੂਸਰੀ ਦੇਸ਼ ਦੀ ਸੈਨਾ ਨੇ ਵੀ ਜਵਾਬ ਦੇਣ ਵਾਸਤੇ ਫਾਇਰਿੰਗ ਖੋਲ ਦਿੱਤੀ। ਹੁਣ ਦੋਵਾਂ ਦੇ ਵਿੱਚ ਫਾਇਰਿੰਗ ਚੱਲ ਪਈ। ਹੁਣ ਮੰਨ ਲਓ ਇੱਕ ਦੇਸ਼ ਦਾ ਕਮਾਂਡਰ ਹੈ, ਉਹ ਕਹਿੰਦਾ ਹੈ ਕਿ ਯਾਰ ਇੰਨਾ ਸ਼ੋਰ ਹੋ ਰਿਹਾ, ਇਹ ਗੋਲੀਆਂ ਦੀ ਆਵਾਜ਼ ਮੇਰੇ ਤੋਂ ਸੁਣਿਆ ਨਹੀਂ ਜਾ ਰਹੀ, ਤੇ ਉਹ ਕਹਿੰਦਾ ਕਿ ਬਈ ਇਹ ਗੋਲੀ ਚਲਾਣੀ ਬੰਦ ਕਰ ਦਿਓ, ਹਨਾ। ਸੱਜੀ ਬਾਈ ਗੋਲੀ ਚਲਾਣੀ ਬੰਦ ਕਰਦੇ ਉਹਨਾਂ ਦੇ ਦੇਸ਼ ਵਾਲੇ, ਤੇ ਦੁਸ਼ਮਣ ਜਿਹੜਾ ਹਾਵੀ ਹੋ ਜਾਂਦਾ ਹੈ, ਉਹ ਅੰਦਰ ਆ ਕੇ ਨੁਕਸਾਨ ਕਰ ਜਾਂਦਾ ਹੈ।
है ना। फिर ਉਹਨੂੰ ਕਮਾਂਡਰ ਨੂੰ ਸਮਝ ਆਉਂਦੀ ਹੈ ਕਿ ਨਹੀਂ ਯਾਰ, ਇਹ ਸੈਨਾ ਤਾਂ ਸਾਨੂੰ ਹੀ ਬਚਾਉਣ ਵਾਸਤੇ ਗੋਲੀਆਂ ਚਲਾ ਰਹੀਆਂ ਸੀ, ਤੇ ਜਾ ਕੇ ਫਿਰ ਫਾਇਰਿੰਗ ਸ਼ੁਰੂ ਕਰੋ, ਤੇ ਉਹ ਫਿਰ ਫਾਇਰਿੰਗ ਸ਼ੁਰੂ ਕਰ ਦਿੰਦੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਸਾਡੀ ਬੋਡੀ ਵਿੱਚ ਫੀਵਰ ਆਇਆ ਹੈ ਉਹ ਸਾਨੂੰ ਦਿੱਕਤ ਤਾਂ ਦੇ ਰਿਹਾ ਹੈ, ਸਾਨੂੰ ਨਿਢਾਲ ਤਾਂ ਕਰ ਰਿਹਾ ਹੈ, ਪਰ ਉਹ ਅੰਦਰੋਂ ਦੁਸ਼ਮਣ ਦੇ ਖਿਲਾਫ ਲੜ ਰਿਹਾ ਹੈ, ਗੰਦਗੀ ਨੂੰ ਸਾਫ਼ ਕਰ ਰਿਹਾ ਹੈ। ਸੋ ਜੇ ਅਸੀਂ ਦਵਾਈ ਖਾ ਕੇ ਉਸਨੂੰ ਰੋਕ ਦਿੰਦੇ ਹਾਂ, ਉਸ ਸਫਾਈ ਨੂੰ ਰੋਕ ਦਿੰਦੇ ਹਾਂ, ਤੇ ਅਸੀਂ ਆਪਣੇ ਪੈਰ ਤੇ ਹੀ ਕੁਲਾੜੀ ਮਾਰਦਾ ਕੰਮ ਕਰ ਰਹੇ ਹਾਂ ਲੌਂਗ ਟਰਮ ਵਿੱਚ। ਇਹਦਾ ਮੈਂ ਸਾਇੰਟੀਫਿਕ ਐਵੀਡੈਂਸ ਦੇਣਾ ਚਾਹੁੰਦਾ ਹਾਂ। ਸੋ ਇਹਦਾ ਸਾਇੰਟੀਫਿਕ ਐਵੀਡੈਂਸ ਇਸ ਪ੍ਰਕਾਰ ਹੈ ਕਿ ਬਹੁਤ ਸਾਰੇ ਮੈਡੀਕਲ ਲਿਟਰੇਚਰ ਵਿੱਚ ਹੁਣ ਤੱਕ ਸਟੱਡੀਜ਼ ਆ ਚੁੱਕੀਆਂ ਨੇ। ਉਹਨਾਂ ਵਿੱਚੋਂ ਇੱਕ ਮੈਂ ਉਦਾਹਰਣ ਦਾਂਗਾ ਜਿਹੜੀ ਤੁਹਾਡੇ ਅੱਖਾਂ ਖੋਲ ਦੇਗਾ, ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ। ਇੱਕ ਬਜ਼ੁਰਗਾਂ ਦੇ ਉੱਤੇ ਬਹੁਤ ਵੱਡੀ ਸਟੱਡੀ ਕੀਤੀ ਗਈ ਸੀ, ਇੱਕ ਹਸਪੀਟਲ ਵਿੱਚ ਰਿਕਾਰਡ ਰੱਖਿਆ ਗਿਆ ਸੀਗਾ ਕਿ ਅਸੀਂ ਦੇਖੀਏ ਤਾਂ ਸਹੀ ਕਿ ਅਸੀਂ ਜੋ ਆਇਆ ਉਹਨੂੰ ਪੈਰਾਸੀਟਾਮੋਲ ਦੇ ਦਿੰਦੇ ਹਾਂ, ਗੋਲੀ ਖਿਲਾ ਦਿੰਦੇ ਹਾਂ, ਕਿ ਇਹਦੇ ਨਾਲ ਫਾਇਦਾ ਹੁੰਦਾ ਵੀ ਹੈ, ਕਿ ਅਗਰ ਮੰਨ ਲਓ ਦਵਾਈ ਨਾ ਦੇ ਦਵਾਈ ਨਹੀਂ ਦਾਂਗੇ ਤੇ ਫਿਰ ਫਾਇਦਾ ਜ਼ਿਆਦਾ ਹੋਏਗਾ, ਜਾਂ ਦਵਾਈ ਦਾਂਗੇ ਤਾਂ ਜ਼ਿਆਦਾ ਹੋਏਗਾ। ਤੇ ਉਹਨਾਂ ਨੇ ਦੇਖਿਆ ਲਗਭਗ 80 ਪੇਸ਼ੈਂਟਸ ਦੇ ਉੱਤੇ ਸਟੱਡੀ ਕੀਤੀ, ਦੋ ਗਰੁੱਪ ਵਿੱਚ ਡਿਵਾਈਡ ਕਰ ਲਏ। 40 ਪੇਸ਼ੈਂਟ ਲਗਭਗ ਉਹ ਸੀ ਜਿਨ੍ਹਾਂ ਨੂੰ ਕੋਈ ਦਵਾਈ ਨਹੀਂ ਦਿੱਤੀ ਗਈ, ਔਰ 40 ਪੇਸ਼ੈਂਟ ਲਗਭਗ ਉਹ ਸੀ ਜਿਨ੍ਹਾਂ ਨੂੰ ਪੈਰਾਸੀਟਾਮੋਲ ਹਰ ਥੋੜੀ ਥੋੜੀ ਦੇਰ ਬਾਅਦ ਦਿੱਤੀ ਗਈ। ਔਰ ਹੋਇਆ ਕਿ ਜਦ ਰਿਜ਼ਲਟਸ ਦੇਖੇ ਗਏ, ਕੁਛ ਹੀ ਦਿਨਾਂ ਵਿੱਚ ਰਿਜ਼ਲਟ ਸਾਹਮਣੇ ਆ ਗਏ ਕਿ ਜਿਹੜੇ ਲੋਕਾਂ ਨੇ ਕੋਈ ਵੀ ਦਵਾਈ ਨਹੀਂ ਲਈ ਸੀ ਉਹਨਾਂ ਵਿੱਚ ਸਿਰਫ ਇੱਕ ਇਨਸਾਨ ਦੀ ਮੌਤ ਹੋਈ, ਔਰ ਜਿਨ੍ਹਾਂ ਨੇ ਪੈਰਾਸੀਟਾਮੋਲ ਹਰ ਥੋੜੀ ਥੋੜੀ ਦੇਰ ਬਾਅਦ ਲਈ ਉਹਨਾਂ ਵਿੱਚ 7 ਲੋਕਾਂ ਦੀ ਮੌਤ ਹੋਈ। ਜੀ ਜੀ ਬਿਲਕੁਲ। ਸੋ ਇਹ ਮਤਲਬ ਜੋ ਸਰਵੇ ਹੋਏ ਨੇ, ਜੋ ਜੋ ਮਤਲਬ ਪਰਖਾਂ ਹੋਈਆਂ ਨੇ ਉਹਨਾਂ ਦੀ ਗੱਲ ਡਾਕਟਰ ਸਾਹਿਬ ਕਰ ਰਹੇ ਨੇ, ਜੋ ਵਿਗਿਆਨਿਕ ਤਰੀਕੇ ਦੇ ਨਾਲ ਇਹ ਸਾਰੀ ਜਿਹੜੀ ਪੜਤਾਲ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਦਵਾਈਆਂ ਦੀ ਜਿਹੜੀ ਪੜਤਾਲ ਹੈ ਜਾਂ ਦਵਾਈਆਂ ਦਾ ਇੱਕ ਜਿਹੜੀ ਜਾਂਚ ਕੀਤੀ ਗਈ ਜਾਂ ਉਹਨਾਂ ਨੂੰ ਪਰਖਿਆ ਗਿਆ, ਸੋ ਪਰਖ ਦੇ ਆਧਾਰ ਦੇ ਉੱਤੇ ਇਹ ਕਿਹੜੀ ਦਵਾਈ ਕਿਸ ਤਰੀਕੇ ਦੇ ਨਾਲ ਉਤਰਦੀ ਹੈ ਖਰੀ, ਉਹਦੇ ਲਈ ਸਾਨੂੰ ਜਿਹੜੀ ਰਿਸਰਚ ਹੈ ਉਹ ਜ਼ਰੂਰ ਪੜ੍ਹਨੀ ਪੈਂਦੀ ਹੈ। ਸੋ ਡਾਕਟਰ ਸਾਹਿਬ ਨੇ ਆਪਾਂ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਸਮਝਾਇਆ ਹੈ, ਕਿਉਂਕਿ ਜਿਹੜੀਆਂ ਵਿਗਿਆਨਿਕ ਤੌਰ ਤੇ ਜਿਹੜੀਆਂ ਪਰਖਾਂ ਹੁੰਦੀਆਂ ਨੇ, ਇੱਕ ਜਿਹੜੀ ਮੈਡੀਕਲ ਦੀ ਲਾਈਨ ਹੀ ਇਹੋ ਜਿਹੀ ਹੈ ਜਿਹਦੇ ਵਿੱਚ ਖੋਜਾਂ ਹੁੰਦੀਆਂ ਰਹਿੰਦੀਆਂ ਨੇ, ਜਿਹਦੇ ਵਿੱਚ ਰਿਸਰਚ ਹੁੰਦੀ ਹੈ। ਜੇ ਕੋਈ ਦਵਾਈ ਬਣੀ ਹੈ ਤਾਂ ਉਹਦੇ ਤੇ ਰਿਸਰਚ ਵੀ ਜ਼ਰੂਰ ਹੋਏਗੀ, ਜਿਹੜਾ ਕੁਦਰਤੀ ਤਰੀਕੇ ਜਾਂ ਫਿਰ ਦਵਾਈਆਂ ਉਹਨਾਂ ਨੂੰ ਦੋਨਾਂ ਨੂੰ ਕੰਪੇਅਰ ਕਰਕੇ ਦੁਨੀਆ ਭਰ ਦੇ ਵਿੱਚ ਅਜਿਹੀਆਂ ਖੋਜਾਂ ਚੱਲਦੀਆਂ ਰਹਿੰਦੀਆਂ ਨੇ, ਤੇ ਉਹਨਾਂ ਖੋਜਾਂ ਦੇ ਆਧਾਰ ਤੇ ਹੀ ਡਾਕਟਰ ਕਮਲਪ੍ਰੀਤ ਸਿੰਘ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ। ਇਹ ਹੁਣ ਤੁਹਾਡੇ ਹੱਥ ਦੇ ਵਿੱਚ ਹੈ। ਹਮੇਸ਼ਾ ਇਨਸਾਨ ਦਾ ਆਪਣਾ ਡਿਸੀਜਨ ਹੁੰਦਾ ਹੈ, ਆਪਣੇ ਸਰੀਰ ਦੇ ਉੱਤੇ ਹਰੇਕ ਇਨਸਾਨ ਦਾ ਸਭ ਤੋਂ ਪਹਿਲਾਂ ਆਪਣਾ ਹੱਕ ਹੁੰਦਾ ਹੈ। ਉਹਨੇ ਫੈਸਲਾ ਲੈਣਾ ਹੈ ਕਿ ਉਹਨੇ ਆਪਣੀ ਜਿਹੜੀ ਸਰੀਰ ਨੂੰ ਕੋਈ ਬਿਮਾਰੀ ਲੱਗੀ ਹੈ ਉਹਦਾ ਇਲਾਜ ਉਹਨੇ ਦਵਾਈਆਂ ਦੇ ਨਾਲ ਕਰਨਾ ਹੈ ਜਾਂ ਫਿਰ ਘਰੇਲੂ ਨੁਸਖਿਆਂ ਦੇ ਨਾਲ ਕਰਨਾ ਹੈ। ਸੋ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਤੁਹਾਨੂੰ ਜਾਣਕਾਰੀ ਦੇਈਏ, ਆਖਰੀ ਫੈਸਲਾ ਤੁਹਾਡਾ ਹੀ ਹੁੰਦਾ ਹੈ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ। ਅਗਲੇ ਹਫਤੇ ਆਪਾਂ ਫੇਰ ਜੁੜਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ, ਇੱਕ ਨਵੀਂ ਜਾਣਕਾਰੀ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ।